ਮਹਾਕੁੰਭੜ ਦਾ ਇਹ ਖੇਡ ਮੇਲਾ ਤਨ ਬਾਬਾ ਤਨ ਬਾਬਾ ਅਮਰਾਜ ਸ਼ਾਹ ਜੀ ਉਹਨਾਂ ਦੀ ਪਵਨ ਪੁੱਤਰ ਯਾਦ ਵਿੱਚ ਜਿੱਥੇ ਕਬੱਡੀ ਦਾ ਮਹਾਕੁੰਭ ਮੁਕਾਬਲਾ ਹੋ ਰਿਹਾ ਸੋ ਸਾਨੂੰ ਵੀ ਸੁੱਖਾ ਭਾਜੀ ਔਰ ਪ੍ਰਭ ਕਿਕਨ ਜੀ ਜੂਕੇ ਤੋਂ ਉਹਨਾਂ ਦੀ ਰੂਬਰੂ ਉਹਨਾਂ ਦੀ ਬਦੌਲਤ ਅੱਜ ਤੁਹਾਡੇ ਰੂਬਰੂ ਹੋਏ ਹਾਂ ਸੋ ਬਹੁਤ ਬਹੁਤ ਸ਼ੁਕਰੀਆ ਜੀ ਸਰਦਾਰ ਮਨਜੀਤ ਸਿੰਘ ਦੇ ਸਪੁੱਤਰ ਸਾਡੇ ਭਾਜੀ ਪ੍ਰਭ ਕਿਕਨ ਜੀ ਜੂਕੇ ਤੋਂ ਔਰ ਸੁੱਖਾ ਭਾਜੀ ਸੋ ਦੋਹਾਂ ਪਿੰਡਾਂ ਦੀ ਨਗਰ ਪੰਚਾਇਤ ਚੀਚਾ ਨੋਤ ਸਿੰਘ ਔਰ ਚੀਚਾ ਜੀ ਔਰ ਸਾਰੀ ਮੇਰੇ ਦਰਸ਼ਕ ਵੀਰ ਔਰਗਨਾਈਜ਼ਿੰਗ ਕਮੇਟੀ ਦੇ ਸਾਰੇ ਮੈਂਬਰ ਅਗਰ ਸ਼ੋ ਵਧੀਆ ਲੱਗਾ ਪ੍ਰਬੰਧਕ ਕਮੇਟੀ ਦੇ ਨਾਮ ਤੇ ਜ਼ੋਰਦਾਰ ਤਾੜੀ ਹੈਲੋ ਕਹਿੰਦੇ ਨੇ ਫਰਸ਼ੋ ਅਰਸ਼ ਪਚਾ ਦੇ ਜੇ ਤੂੰ ਮਿਹਰ ਕਰੇ ਉਹ ਸਾਈਆਂ ਫਰਸ਼ੋ ਅਰਸ਼ ਪਚਾ ਦੇ ਜੇ ਤੂੰ ਮਿਹਰ ਕਰੇ ਉਹ ਸਾਈਆਂ ਲੱਗਦੇ ਰਹਿਣ ਖੁਸ਼ੀ ਦੇ ਮੇਲੇ ਤੇ ਮਿਲਦੀਆਂ ਰਹਿਣ ਵਧਾਈਆਂ ਸੋ ਸਭ ਤੋਂ ਪਹਿਲਾਂ ਤਾਂ ਇੱਥੇ ਬੈਠੇ ਕਿ ਵੱਡੇ ਛੋਟੇ ਮੇਰੇ ਪਿਤਾ ਸਮਾਨ ਬਜ਼ੁਰਗ ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਉਸ ਤੋਂ ਬਾਅਦ ਉੱਥੇ ਦੀ ਪ੍ਰਬੰਧਕ ਕਮੇਟੀ ਪ੍ਰਧਾਨ ਜੀ ਜਿੰਨੇ ਵੀ ਮੈਂਬਰ ਨੇ ਮੈਂ ਇਹਨਾਂ ਸਾਰਿਆਂ ਨੂੰ ਇਸ ਖੇਡ ਮੇਲੇ ਦੀ ਲੱਖ ਲੱਖ ਵਧਾਈ ਦੇਵਾਂਗੀ ਤੇ ਅਰਦਾਸ ਕਰਾਂਗੀ ਪਰਮਾਤਮਾ ਅੱਗੇ ਕਿ ਸਦਾ ਹੀ ਇੱਥੇ ਮੇਲੇ ਲੱਗਦੇ ਰਹਿਣ ਤੇ ਅਸੀਂ ਤੁਹਾਡੇ ਵਿੱਚ ਇਹਦੀ ਹਾਜ਼ਰੀ ਲਵਾਉਂਦੇ ਰਹੀਏ ਸੋ ਬਹੁਤ ਬਹੁਤ ਸ਼ੁਕਰੀਆ ਜੀ ਥੈਂਕ ਯੂ ਮੇਰੇ ਵੀਰ ਸੁੱਗਾ ਸਾਹਿਬ ਦੇ ਛੋਟੇ ਬ੍ਰਦਰ ਸੋ ਕਮੈਂਟਰੀ ਦੀ ਸੇਵਾ ਨਿਭਾਣ ਕੇ ਸੋ ਬਹੁਤ ਬਹੁਤ ਸ਼ੁਕਰੀਆ ਜੀ ਥੈਂਕ ਯੂ ਮੇਜਰ ਭਾਅ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਇਸ ਖੇਡ ਮੇਲੇ ਤੇ ਪਹੁੰਚਣ ਤੇ ਓਵਰ ਟੂ ਰਣਜੀਤ ਸੁੱਗਾ ਜੀ ਜੋ ਤੁਹਾਨੂੰ ਕਬੱਡੀ ਦੀ ਕਮੈਂਟਰੀ ਦੇ ਨਾਲ ਜੋੜਨਗੇ ਮੇਰਾ ਵੀਰ ਸੁੱਖਾ ਕਿਕਨ ਜੀ ਵੱਲੋਂ 1000 ਰੁਪਇਆ ਇਸ ਕਲਾਕਿਰਤੀ ਤੋਂ ਖੁਸ਼ ਹੋ ਕੇ ਭੇਜਿਆ ਗਿਆ ਮੇਜਰ ਹਿੰਦੁਸਤਾਨੀ ਜੀ ਵਾਸਤੇ ਓਵਰ ਟੂ ਰਣਜੀਤ ਸੁੱਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿ ਦੁਨੀਆਂ ਦੇ ਵਿੱਚ ਰੱਖ ਫਰੀਦਾ ਐਸਾ ਬੈਨ ਖਲੋਣ ਜੇ ਕੋਲ ਹੋਈਏ ਤਾਂ ਹੱਸੇ ਦੁਨੀਆਂ ਤੁਰ ਜਾਈਏ ਤਾਂ ਰੋਣ ਜੇ ਕੋਲ ਹੋਈਏ ਤਾਂ ਹੱਸੇ ਦੁਨੀਆਂ ਤੁਰ ਜਾਈਏ ਤਾਂ ਰੋਣ ਅੱਜ ਧੰਨ ਧੰਨ ਬਾਬਾ ਸ਼ਾਹ ਮਹਾਰਾਜ ਜੀ ਜਿੱਥੇ ਕਹਿੰਦੇ ਵੀ ਰੌਣਕਾਂ ਲੱਗੀਆਂ ਚਾਹ ਚੜ ਗਿਆ ਰੱਬ ਰੂਪੀ ਦਰਸ਼ਕਾਂ ਨੂੰ ਦੇਖ ਕੇ ਸੁੱਖਿਆ ਮੇਰੇ ਵੀਰ 5-7 ਮਿੰਟ ਤੇਰਾ ਵੀਰ ਲੇਟ ਹੋ ਗਿਆ ਜਾਮ ਦੇ ਵਿੱਚ ਫਸ ਗਏ ਆ ਗਾਲਾਂ ਵੀ ਮੇਰੇ ਭਰਾ ਨੇ ਕੱਢੀਆਂ ਆਉਣੀਆਂ ਪਰ ਸਿਰ ਮੱਥੇ ਗੁੱਸਾ ਜਾਇਜ਼ ਹੈ ਵੀਰ ਦਾ ਆਪਾਂ ਮਾਫੀ ਚਾਹੁੰਦੇ ਹਾਂ ਰੱਬ ਰੂਪੀ ਦਰਸ਼ਕਾਂ ਤੋਂ ਉਧਰਲੇ ਪਾਸੇ ਟੀਮਾਂ ਦੋਨੋਂ ਸ਼੍ਰੀ ਜਸਵੰਤ ਸਿੰਘ ਜੀ ਕਬੱਡੀ ਅਕੈਡਮੀ ਅਮੀਤ ਸ਼ਾਹ ਤੇ ਨਾਲ ਸਤਲਾਣੀ ਸਾਹਿਬ ਦੀਆਂ ਟੀਮਾਂ ਕਰ ਤਿਆਰੀ ਖੇਡ ਦੇ ਮੈਦਾਨਾਂ ਵੱਲ ਪੁੱਜਣ ਦੀ ਕਿਰਪਾਲਤਾ ਕਰਨ ਇਧਰਲੇ ਪਾਸੇ ਹੈਂਡੀਕੈਪ ਨੌਜਵਾਨ ਇਹਨੇ ਵੀ ਬਾਹਾਂ ਤੇ ਕਰਤੱਬ ਕਰਨਾ ਕਿ ਕੁਸ਼ਤੀ ਲੜਨੀ ਹੈ ਦਿਆਲ ਦੇ ਨਾਲ ਕੁਸ਼ਤੀ ਜਿਹੜੀ ਲੜ ਕੇ ਦਿਖਾਉਣੀ ਹੈ ਦੋ ਕਹਿੰਦੇ ਨਾਗ ਜਿਹੜੇ ਗਰਾਊਂਡ ਦੇ ਵਿੱਚ ਲੜਨੇ ਆ ਗੇਲਾ ਗਹਿਰੀ ਦੋਧੀ ਜੀ ਸਾਡੇ ਮੇਜਰੋ ਹਿੰਦੁਸਤਾਨੀ ਦੇ ਲਈ 500 ਦੇ ਮਾਨ ਸਨਮਾਨ ਭੇਜ ਗਏ ਆ ਉਧਰਲੇ ਪਾਸੇ ਆ ਨੌਜਵਾਨ ਨੇ ਦੋ ਬੁਲਟ ਮੋਟਰਸਾਈਕਲ ਡੱਕ ਕੇ ਦਿਖਾਉਣੇ ਆ ਕਿ ਰਾਤੀ ਪੁਲਿਸ ਵਾਲਿਆਂ ਦੇ ਅੜਿਆ ਬੁਲਟ ਗੋਇੰਦੇ ਰਹਿੰਦੇ ਸੋਨੋ ਕਿਰਲਗੜੀਆ ਕਹਿੰਦੇ ਕਲਮ ਦਾ ਮਹਾਨ ਧਨੀ ਸਾਡਾ ਵੀਰ ਕਹਿੰਦੇ ਵੀ ਸੁੱਗੇ ਦੀ ਧਰਤੀ ਤੇ 1500 ਨੂੰ ਇਹ ਮਹਾਨ ਲਿਖਾਰੀ ਦਾ ਮਾਨ ਸਨਮਾਨ ਵੀ ਜਿਹੜਾ ਹੁਣ ਆਪਾਂ ਵੀਰ ਦਾ ਵੀ ਵੱਡਾ ਧੰਨਵਾਦ ਕਰਦੇ ਹਾਂ ਸਾਡੇ
ਉਧਰਲੇ ਪਾਸੇ ਕਬੱਡੀ ਦੀਆਂ ਦੋਨਾਂ ਟੀਮਾਂ ਨੂੰ ਬੇਨਤੀ ਹੈ ਵੀ ਕਿੱਥੇ ਬੈਠ ਗਈਆਂ ਜਾ ਕੇ ਦੋਨੋਂ ਟੀਮਾਂ ਜਲਦ ਖੇਡ ਦੇ ਮੈਦਾਨਾਂ ਵਿੱਚ ਪੁੱਜਣ ਦੀ ਕਿਰਪਾਲਤਾ ਕਰਨ। ਆ ਦੋਨੋਂ ਹੈਂਡੀਕੈਪ ਖੇਡ ਦੇ ਮੈਦਾਨ ਵਿੱਚ ਕਹਿੰਦੇ ਵੀ ਕੁਸ਼ਤੀ ਜਿਹੜੀ ਆਉਣ ਜਾ ਰਹੀ ਹੈ ਸਾਡੇ ਬਿੰਦਰ ਸਮਰਾ ਜੀ ਯੂਕੇ ਤੇ ਜੀਤਾ ਯੂਕੇ ਵੱਲੋਂ 5,000 ਰੁਪਇਆ ਇਹਨਾਂ ਦੋਨਾਂ ਖਿਡਾਰੀਆਂ ਦੇ ਲਈ ਮਾਨ ਸਨਮਾਨ ਕੀਤਾ ਜਾਣਾ। ਕਹਿੰਦੇ ਮਾਵਾਂ ਠੰਡੀਆਂ ਛਾਵਾਂ ਹੁੰਦੀਆਂ ਸਾਰਾ ਆਲਮ ਕਹਿੰਦਾ ਬਾਪ ਜੂੰਦਿਆਂ ਬੇਪਰਵਾਹੀਆਂ ਤੇ ਰੱਬ ਯਾਦ ਨਹੀਂ ਰਹਿੰਦਾ। ਆ ਛੋਟਾ ਬੱਚਾ ਬਾਪ ਨਸ਼ਾ ਪੱਤਾ ਕਰਦਾ ਸੀ ਬਾਪ ਦਾ ਸਾਇਆ ਸਿਰ ਤੋਂ ਉੱਠ ਗਿਆ। ਮਾਂ ਕਹਿੰਦੇ ਵੀ ਇਹਨੂੰ ਛੱਡ ਕੇ ਚਲੇ ਗਈ ਆ ਦਾਦਾ ਦਾਦੀ ਅੰਨੇ ਹੈ। ਇਹ ਖਿਡਾਰੀ ਕਹਿੰਦੇ ਵੀ ਛੋਟੇ ਬੱਚੇ ਦੇ ਉੱਤੇ ਘਰ ਦੀਆਂ ਜ਼ਿੰਮੇਵਾਰੀਆਂ ਪੈ ਗਈਆਂ। ਇਹ ਬੱਚੇ ਦਾ ਵੀ ਆਪਾਂ ਮਾਨ ਸਨਮਾਨ 10-10, 20-50 ਹਜ਼ਾਰ ਰੁਪਏ ਦੇ ਕੇ ਜ਼ਰੂਰ ਕਰਨਾ। ਇਹ ਬੱਚੇ ਦੇ ਉੱਤੇ ਵੀ ਛੋਟੀ ਉਮਰ ਦੇ ਵਿੱਚ ਵੱਡੀਆਂ ਜ਼ਿੰਮੇਵਾਰੀਆਂ ਪੈ ਗਈਆਂ। ਆਪਾਂ ਇਹ ਖਿਡਾਰੀ ਦਾ ਜਿਹੜਾ ਮਾਨ ਸਨਮਾਨ ਇਹ ਗਰਾਊਂਡ ਦੇ ਵਿੱਚ ਚੱਕਰ ਲਗਾਵੇਗਾ ਤੇ ਫਿਰ ਦਰਸ਼ਕਾਂ ਦੀ ਕਚਹਿਰੀ ਜੇਕਰ ਚੱਕਰ ਲਗਾਵੇਗਾ ਇਹਦਾ ਵੀ ਮਾਨ ਸਨਮਾਨ ਜਿਹੜਾ ਜ਼ਰੂਰ ਕਰਨਾ। ਆਪਾਂ ਬਿੰਦਰ ਸਮਰਾ ਜੀ ਯੂਕੇ ਤੇ ਨਾਲ ਜੀਤਾ ਯੂਕੇ ਜੀ ਵੱਡਾ ਧੰਨਵਾਦ ਕਰਦੇ ਹਾਂ ਸਾਡੇ ਭਰਾਵਾਂ ਦਾ। ਕਹਿੰਦੇ ਵੀ 5,000 ਰੁਪਇਆ ਦੋਨੋਂ ਹੈਂਡੀਕੈਪਟਾਂ ਵਾਸਤੇ ਜਿੱਥੇ ਵੀ ਕਹਿੰਦੇ ਵੀ ਕਬੱਡੀ ਦੇ ਵੱਡੇ ਕੱਪ ਹੁੰਦੇ ਨੇ ਸਾਡੇ ਵੀਰ ਬਿੰਦਰ ਸਮਰਾ ਜੀ ਯੂਕੇ ਤੇ ਜੀਤਾ ਯੂਕੇ ਜੀ ਵੱਡੇ ਹਿੱਸੇ ਪਾਉਂਦੇ ਆ। ਆਪਾਂ ਪੁੱਜੀ ਹੋਈ ਸਮਾਸਰ ਸੰਗਤ ਦਾ ਵੱਡਾ ਧੰਨਵਾਦ ਕਰਦੇ ਹਾਂ ਕਿ ਛੱਡ ਕੰਮ ਕਾਰ ਮੈਚ ਵੇਖਣ ਲਈ ਆਉਂਦੇ ਨੇ, ਖਿਡਾਰੀਆਂ ਦੇ ਹੌਸਲੇ ਲਈ ਤਾੜੀਆਂ ਵਜਾਉਂਦੇ ਨੇ, ਲੈਣ ਮੈਚਾਂ ਦਾ ਨਜ਼ਾਰਾ ਕੋਈ ਬੈਠ ਖੜ ਕੇ। ਅੱਜ ਬੋਲਦਾ ਕਬੱਡੀ ਦਾ ਜਨੂਨ ਇਹਨਾਂ ਲੋਕਾਂ ਦੇ ਸਿਰ ਚੜ ਕੇ ਅੱਜ ਕਹਿੰਦੇ ਰੌਣਕਾਂ ਗੋਲੇ ਭਲਵਾਨ ਦੇ ਪਿੰਡ ਦੇ ਵਿੱਚ ਲੱਗੀਆਂ। ਸੁੱਖ ਸਾਡਾ ਵੀਰ ਹੈ, ਆਪਾਂ ਸਾਰੇ ਭਰਾਵਾਂ ਦਾ ਸਤਿਕਾਰ ਕਰਦੇ ਹਾਂ। ਸਾਡੇ ਪ੍ਰਭ ਯੂਕੇ ਜੀ ਸਰਦਾਰ ਰਣਜੀਤ ਸਿੰਘ ਜੀ, ਨੰਬਰਦਾਰ ਸਾਹਿਬ ਗੁਰਪ੍ਰਤਾਪ ਸਿੰਘ ਜੀ ਬੈਠੇ ਆ, ਆਪਾਂ ਵੱਡਾ ਧੰਨਵਾਦ ਕਰਦੇ ਹਾਂ। ਜਿੰਨੇ ਵੀ ਵੀਰ ਬੈਠੇ ਆ ਸਭ ਦਾ ਵੱਡਾ ਸਤਿਕਾਰ ਕੀਤਾ ਜਾਂਦਾ। ਕਬੱਡੀ ਦੇ ਖੇਡ ਮੈਦਾਨ ਅੰਦਰ ਦੋਨੋਂ ਟੀਮਾਂ, ਸ਼ਹੀਦ ਜਸਵੰਤ ਸਿੰਘ ਜੀ ਕਬੱਡੀ ਅਕੈਡਮੀ ਖਾਲੜਾ ਅਮੀ ਸ਼ਾਹ ਦੀ ਟੀਮ ਤੇ ਨਾਲ ਕਹਿੰਦੇ ਟੀਮ ਹੈ ਮਹਾਂਪੁਰਸ਼ਾਂ ਦੀ ਸਤਲਾਣੀ ਸਾਹਿਬ ਦੀ ਟੀਮ, ਜਿੱਥੇ ਵੀ ਮੇਰੀ ਆਵਾਜ਼ ਨੂੰ ਸੁਣਦੀ ਹੈ ਜਲਦ ਖੇਡ ਦੇ ਮੈਦਾਨਾਂ ਵੱਲ ਪੁੱਜਣ ਦੀ ਕਿਰਪਾਲਤਾ ਕਰੇ, ਮੁਕਾਬਲਾ ਜਿਹੜਾ ਜਲਦ ਸ਼ੁਰੂ ਕਰਵਾ ਦਈਏ। ਸੁੱਖ ਮੇਰੇ ਵੀਰ ਕਰੀਏ ਕਾਲ ਦੋਨਾਂ ਟੀਮਾਂ ਨੂੰ ਵੀ ਟੀਮਾਂ ਜਿੱਥੇ ਵੀ ਮੇਰੀ ਆਵਾਜ਼ ਨੂੰ ਸੁਣਦੀਆਂ। ਆ ਖਿਡਾਰੀ ਮੋਗੇ ਲਾਗੋਂ ਪੁੱਜੇ ਆ ਮੇਰੇ ਵੀਰ, ਫਿਰੋਜ਼ਪੁਰ ਦਾ ਏਰੀਆ। ਇਹ ਖਿਡਾਰੀ ਡੰਡ ਮਾਰ ਕੇ ਦਿਖਾਵੇਗਾ, ਇਹਦਾ ਵੀ ਮਾਨ ਸਨਮਾਨ ਜਿਹੜਾ ਆਪਾਂ ਜ਼ਰੂਰ ਕਰਨਾ ਹੈ। ਕਬੱਡੀ ਦੇ ਖੇਡ ਮੈਦਾਨ ਅੰਦਰ ਦੋਨੋਂ ਟੀਮਾਂ ਕਰ ਤਿਆਰੀ ਖੇਡ ਦੇ ਮੈਦਾਨਾਂ ਵੱਲ ਪੁੱਜਣ ਦੀ ਕਿਰਪਾਲਤਾ ਕਰਨ। ਜਿੱਥੇ ਵੀ ਮੇਰੀ ਆਵਾਜ਼ ਨੂੰ ਸੁਣਦੇ ਆ ਦੋਨਾਂ ਟੀਮਾਂ ਦੇ ਲਈ ਚੰਦ ਵਾਜਾਂ ਨੇ, ਚੰਦ ਮੈਸੇਜ ਨੇ। ਸ਼ਹੀਦ ਭਾਈ ਜਸਵੰਤ ਸਿੰਘ ਜੀ ਖਾਲੜਾ ਅਮੀ ਸ਼ਾਹ ਦੇ ਨਾਲ ਬੇਨਤੀ ਕਰਦੇ ਮੇਰੇ ਵੀਰ, ਸਤਲਾਣੀ ਸਾਹਿਬ ਦੀ ਟੀਮ, ਮਹਾਂਪੁਰਸ਼ ਬਾਬਾ ਗੁਰਪਿੰਦਰ ਸੁਗਣਾ ਦੀ ਟੀਮ ਕਬੱਡੀ ਦੇ ਖੇਡ ਮੈਦਾਨ ਅੰਦਰ। ਕਹਿੰਦੇ ਦੋਨਾਂ ਟੀਮਾਂ ਦੀ ਧੁੰਮ ਪੰਜਾਬ ਦੇ ਕਬੱਡੀ ਕੱਪਾਂ ਤੇ ਪਈ ਹੋਈ ਹੈ। ਦੋਨੋਂ ਟੀਮਾਂ ਜਿੱਥੇ ਵੀ ਮੇਰੀ ਆਵਾਜ਼ ਨੂੰ ਸੁਣਦੀਆਂ ਜਲਦ ਖੇਡ ਦੇ ਮੈਦਾਨਾਂ ਵੱਲ ਪੁੱਜਣ ਦੀ ਕਿਰਪਾਲਤਾ ਕਰਨ ਦੇ ਮੁਕਾਬਲੇ ਜਿਹੜੇ ਸਿਰੇ ਦੇ ਅੱਜ ਕਹਿੰਦੇ ਚੀਚੇ ਦੀ ਧਰਤੀ ਸ਼ਹਿਰ ਅੰਮ੍ਰਿਤਸਰ ਜ਼ਿਲ੍ਹੇ ਦਾ ਇਹ ਕਹਿੰਦੇ ਵੀ ਪਿੰਡ ਮੰਨਿਆ ਪਰਮੰਨਿਆ ਪਿੰਡ ਹੈ ਜਿੱਥੇ ਰੌਣਕਾਂ ਕਹਿੰਦੇ ਵੀ ਅੱਜ ਲੱਗੀਆਂ, ਅੱਜ ਰੌਣਕਾਂ ਜਿਹੜੀਆਂ ਲੱਗੀਆਂ। ਪ੍ਰਦੀਪ ਸਾਡਾ ਵੀਰ 365 kabaddi.com ਜਿੱਥੇ ਵੀ ਮੇਰੀ ਆਵਾਜ਼ ਨੂੰ ਸੁਣਦਾ ਹੈ ਸੋਨੋ ਨੇ ਸਾਡੇ ਵੀਰ ਯਾਦ ਕਰਦੇ ਆ ਵੀ ਉਹਨਾਂ ਨੂੰ ਦੇ ਨਾਲ ਸੰਪਰਕ ਕਰੇ ਸਾਡਾ ਵੀਰ।
जाली हैलो कबड्डी दिया दोनों टीम किथे जाके बैठ गई जी दलवार करियाला जी असि तो गड्डी 100 की स्पीड तो भी टपाती टीम हाले तक नहीं पुजी है उधरले पासे इन्हां खिडारियों के लिए भी ताड़ी एक बार जरूर मार दियो इन्हां खिडारियों के लिए ताड़ी जरूर मार दियो साडे महापुरश बाबा नौ निहाल सिंह जी आपां विशेष तौर पर महापुरशां का धन्नवाद करते हैं महापुरश आप कबड्डी का कहते भी सिरे का जोड़ा मैच करवाते हैं उत्थे भी कहते रौनक महापुरशों वालों लवाईया जाए धन धन बाबा नौ सिंह जी चब्बा महापुरशों वालों रौनक जड़िया लवाईया जाए आप महापुरशों का वाडा धन्यवाद करते हैं साढ़े महापुरश बाबा नौ निहाल सिंह जी आप बच्चा जोड़ा जिदी मैं गल की गुर प्रताप सिंह जी छोटे होंगे बहुता छोटा सी बच्चा जलों का बाप चढ़ाई कर गया है ते मां ने भी साथ नहीं दिता बापू नूं कहिंदे भी ना माता नूं ना बापू नूं अखां तों दिखदा ये खिडारी का भी आपां मान सन्मान जिहड़ा जरूर करना है ये खिडारी कहिंदे भी दर्शकां दी कचहरी दे विच चक्कर लगावेगा कबड्डी दीआं दोनों टीमां जिथे भी मेरी आवाज नूं सुणदीआं कहिंदे समां बहुत बलवान समें दी कदर करो ये तुरदा तेज रफ्तार समें दी नब्ज फड़ो कि समय नाल ही कीते लगदे चंगे काम सब नूं खुंझ जांदे जो गलती नाल समें तों देंदे दोष रब नूं समा करे बर्बाद बंदे नूं समा ही देवे तरक्कियां समा हसाउंदा समा रवाउंदा भेद समय दा समझ नहीं आउंदा राजे खेले तुरना पैंदा अंत समा जर सिर ते आउंदा साडे सोना जाली जी जनरल सकत्तर ने शहर अमृतसर ते आपां वड्डा धन्नवाद करदे हां साडे सोना जाली जी बहुत वड्डा मान सम्मान साडे भरा वल्लों 500 रुपये का बोला तो खुश होके पुज्जे है आपां वड्डा धन्नवाद करदे हां साडे कहिंदे भी बिंदर समरा जी यूके ते नाल जीता यूके जी इन्हां खिडारियों के लिए 5,000 रुपये की विशेष जिहड़ी सहायता भेजी है साडे भरावां ने वड्डा धन्नवाद है ते दर्शकां दी कचहरी दे विच दोनों खिडारी चक्कर लाउणगे 5,000 रुपया हुणे दे देणा कि मैच तों बाद सुख जी सुख साडा वीर कहिंदे भी भरावां वाला प्यार इस वीर दे नाल है इन्हां ने भी जिहड़ा कहिंदे भी मान सम्मान दोनों खिडारियों का कर रहे हैं वड्डा धन्नवाद है साडे बहुत ही मान ते सन्मान दे योग सत्कार योग शख्सियत है मेजर हिंदुस्तानी जी आपां वड्डा सत्कार करते हैं दर्शकों की कचहरी के करतब किया इधरले पासे साडे बिंदर समरा जी यूके ते जीता यूके जी 5,000 रुपया कहिंदा भी सुगिया सुख साडा वीर कहिंदा भी यूके तो पुज्जा इन्हां खिडारियों का जिहड़ा मान सम्मान किया गया साडे प्रभ यूके जी आपां वड्डा सत्कार उस भरा का भी करते हैं साडे सरदार परमिंदर सिंह जी संघा दुबई नाल साडे सरदार मिलखा सिंह जी दुबई साडे सरदार कमलजीत सिंह जी दियोल जर्मन ते नाल साडे सोढ़ी सैदपुर जी साडे सत्ता जी नाल साडे जस्सा लौका जी ते नाल साडे निशान जी आपां सारे वीरां दा वड्डा धन्नवाद करते हैं सोना जाली जी साडे जनरल सकत्तर ने बहुत वड्डा मान सम्मान बोलां तों खुश होके भेजदे है
ਸਾਡੇ ਜੱਸੀ ਲੌਕਾ ਜੀ ਆਪਾਂ ਵਿਸ਼ੇਸ਼ ਤੌਰ ਤੇ ਵੱਡਾ ਧੰਨਵਾਦ ਕਰਦੇ ਹਾਂ ਸਾਡੇ ਸੁਖ ਬੁੱਗੜ ਜੀ ਭਕਨਾ ਬੰਟੀ ਜਠੌਲ ਜੀ ਨਾਲ ਸਾਡੇ ਸਰਦਾਰ ਗੁਰਵਿੰਦਰ ਸਿੰਘ ਜੀ ਪ੍ਰਧਾਨ ਸਾਹਿਬ ਨੇ ਬਹੁਤ ਵੱਡਾ ਮਾਨ ਸਨਮਾਨ ਵੀ ਪੁੱਜਿਆ ਸਾਡੇ ਭਰਾ ਵੱਲੋਂ ਸਾਡੇ ਸਰਦਾਰ ਗੁਰਪ੍ਰਤਾਪ ਸਿੰਘ ਜੀ ਸਰਾਂ ਵਿਸ਼ੇਸ਼ ਤੌਰ ਤੇ ਪੁੱਜੇ ਹੈ ਨਾਲ ਸਾਡੇ ਸਰਦਾਰ ਸਵਿੰਦਰ ਸਿੰਘ ਜੀ ਜਾਲੀ ਨਾਲ ਸਾਡੇ ਸਰਦਾਰ ਰਣਜੀਤ ਸਿੰਘ ਜੀ ਦਾਇਲਦਾਰ ਉਧਰਲੇ ਪਾਸੇ ਡਾਕਟਰ ਮਨਦੀਪ ਸਿੰਘ ਜੀ ਨਾਲ ਸਾਡੇ ਸਰਦਾਰ ਮਨਜੀਤ ਕੁਮਾਰ ਸਰਪੰਚ ਸਾਬਕਾ ਸਰਪੰਚ ਨੇ ਚੀਚਾ ਤੇ ਨਾਲ ਸਾਡੇ ਰਾਜ ਜੈਲਦਾਰ ਜੀ ਯੂਕੇ ਉਹਨਾਂ ਵੱਲੋਂ ਵੀ ਵੱਡੇ ਮਾਇਆ ਦੇ ਗੱਫੇ ਬੋਲਾਂ ਤੋਂ ਖੁਸ਼ ਹੋ ਕੇ ਪੁੱਜੇ ਹੈ ਸਾਡੇ ਲਾਡੀ ਸਾਬਕਾ ਸਰਪੰਚ ਜੀ ਚੀਚਾ ਵਿਸ਼ੇਸ਼ ਤੌਰ ਤੇ ਪੁੱਜੇ ਹੈ ਮਹਾਂਪੁਰਸ਼ ਨੌਨਿਹਾਲ ਸਿੰਘ ਜੀ ਪੁੱਜੇ ਆਪਾਂ ਵੱਡਾ ਧੰਨਵਾਦ ਕਰਦੇ ਹਾਂ ਮਹਾਂਪੁਰਸ਼ਾਂ ਦੇ ਪੁੱਜਣ ਤੇ ਕਿ ਸਾਧੂ ਹੁੰਦੇ ਨੇ ਸਰੂਪ ਸੱਚੇ ਰੱਬ ਦਾ ਇਹ ਤਾਂ ਮੰਗਦੇ ਨੇ ਭਲਾ ਸਾਰੇ ਜੱਗ ਦਾ ਕਿ ਜੱਗ ਤਾਂ ਤਾਰ ਦਿੰਦੇ ਹੈ ਨਿਗਾਹ ਮਾਰ ਦੇਣ ਜਿਹਦੇ ਉੱਤੇ ਸੁੱਗਿਆ ਕੁੱਲਾਂ ਨੂੰ ਸਵਾਰ ਦਿੰਦੇ ਹੈ ਸਾਡੇ ਸਰਦਾਰ ਰਣਜੀਤ ਸਿੰਘ ਜੀ ਮੈਂਬਰ ਆਪਾਂ ਵੱਡਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਵੱਲੋਂ ਰੌਣਕਾਂ 'ਚ ਲਵਾਈਆਂ ਗਈਆਂ ਲਓ ਹੀਰਾ ਦੌਕਿਆਂ ਦੀ ਧਰਤੀ ਦਾ ਕਬੱਡੀ ਦੇ ਖੇਡ ਮੈਦਾਨ ਅੰਦਰ ਪੁੱਜ ਗਿਆ ਨਾਲ ਸ਼ੇਰਾ ਫੌਜੀ ਭੋਲੇ ਕਹਿੰਦਾ ਨਾਲ ਕਹਿੰਦੇ ਯੱਗਾ ਭੁੱਸਿਆਂ ਦਾ ਤੇ ਧਰਮਿੰਦਰ ਹਵੇਲੀਆਂ ਦਾ ਪੁੱਜ ਗਿਆ ਸਾਬੀ ਸ਼ਿਕਾਰ ਮਾਸ਼ੀਆਂ ਦੀ ਧਰਤੀ ਦਾ ਸਾਡੇ ਸਰਦਾਰ ਰਣਜੀਤ ਸਿੰਘ ਜੀ ਮੈਂਬਰ 500 ਰੁਪਈਏ ਦਾ ਵੱਡਾ ਮਾਨ ਸਨਮਾਨ ਭੇਜਿਆ ਬੋਲਾਂ ਤੋਂ ਖੁਸ਼ ਹੋ ਕੇ ਮਹਾਂਪੁਰਸ਼ਾਂ ਵੱਲੋਂ 500 ਰੁਪਈਏ ਦਾ ਵੱਡਾ ਮਾਨ ਸਨਮਾਨ ਪੁੱਜਿਆ ਸਾਡੇ ਮਹਾਂਪੁਰਸ਼ ਬਾਬਾ ਨੌਨਿਹਾਲ ਸਿੰਘ ਜੀ 500 ਰੁਪਈਏ ਦਾ ਵੱਡਾ ਮਾਨ ਸਨਮਾਨ ਭੇਜਦੇ ਹੈ ਸਾਡੇ ਸਰਦਾਰ ਗੁਰਮੇਜ ਸਿੰਘ ਜੀ ਆਪਾਂ ਉਹਨਾਂ ਦਾ ਵੀ ਵੱਡਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਦੇ ਕਹਿੰਦੇ ਵੀ ਅੱਜ ਜ਼ਮੀਨ ਦੇ ਵਿੱਚ ਰੌਣਕਾਂ ਲੱਗੀਆਂ ਹੀਰਾ ਤਲਵੰਡੀ ਚੌਧਰੀਆਂ ਦਾ ਵਿਸ਼ੇਸ਼ ਤੌਰ ਤੇ ਪੁੱਜਿਆ ਹੈ ਨਹੀਂ ਰੀਸਾਂ ਸੁੱਖ ਸਾਡਾ ਵੀਰ ਕਹਿੰਦਾ ਵੀ ਸੁੱਗਿਆ ਖੁਸ਼ੀ ਵਾਲੀ ਹੋਰ ਗੱਲ ਹੈ ਵੀ ਜੱਗੇ ਭੁੱਸਿਆਂ ਵਾਲੇ ਦਾ ਕਹਿੰਦੇ ਵੀ ਅੱਜ ਗੁਰਜ ਦੇ ਨਾਲ ਮਾਨ ਸਨਮਾਨ ਆਉਣਾ ਇੱਕ ਵਾਰੀ ਕਬੱਡੀ ਦੇ ਇਸ ਸਟਾਰ ਦੇ ਲਈ ਤਾੜੀਆਂ ਮਾਰ ਦਿਓ ਪਿਛਲਾ ਸੀਜ਼ਨ ਕਹਿੰਦੇ ਜੱਟ ਨੇ ਇੰਗਲੈਂਡ ਦਾ ਲੁੱਟਿਆ ਜੱਗਾ ਭੁੱਸਿਆਂ ਦੀ ਧਰਤੀ ਦਾ ਸਾਡੇ ਮਹਾਂਪੁਰਸ਼ ਪੁੱਜ ਗਏ ਕਬੱਡੀ ਦੇ ਕਹਿੰਦੇ ਵੀ ਮੁੱਖ ਮੰਤਰੀ ਬਾਬਾ ਗੁਰਪਿੰਦਰ ਸਿੰਘ ਜੀ ਮਹਾਂਪੁਰਸ਼ ਪੁੱਜ ਗਏ ਆ ਸਤਲਾਣੀ ਸਾਹਿਬ ਵਾਲੇ ਆਪਾਂ ਵੱਡਾ ਧੰਨਵਾਦ ਕਰਦੇ ਹਾਂ ਕਬੱਡੀ ਦੇ ਮੁੱਖ ਮੰਤਰੀ ਦਾ ਦਰਜਾ ਕਹਿੰਦੇ ਦਿੱਤਾ ਗਿਆ ਮਹਾਂਪੁਰਸ਼ਾਂ ਨੂੰ ਆਪਾਂ ਵੱਡਾ ਸਤਿਕਾਰ ਮਹਾਂਪੁਰਸ਼ਾਂ ਦਾ ਕਰਦੇ ਇਸ ਧਰਤੀ ਤੇ ਪੁੱਜਣ ਤੇ ਕਿ ਸਾਧੂ ਹੁੰਦੇ ਨੇ ਸਰੂਪ ਸੱਚੇ ਰੱਬ ਦਾ ਇਹ ਤਾਂ ਮੰਗਦੇ ਨੇ ਭਲਾ ਸਾਰੇ ਜੱਗ ਤੱਕ ਜੱਗ ਤਾਂ ਤਾਰ ਦਿੰਦੇ ਹੈ ਨਿਗਾਹ ਮਾਰ ਦੇਣ ਜਿਹਦੇ ਉੱਤੇ ਸੁੱਗੇ ਹੈ ਕੁੱਲਾਂ ਨੂੰ ਸਵਾਰ ਦਿੰਦੇ ਹੈ ਨਿਗਾਹ ਮਾਰ ਦੇਣ ਜਿਹਦੇ ਉੱਤੇ ਸੁੱਗੇ ਹੈ ਇਹ ਕੁੱਲਾਂ ਨੂੰ ਸਵਾਰ ਦਿੰਦੇ ਹੈ ਸਾਡੇ ਸਰਦਾਰ ਮੂਲਾ ਸਿੰਘ ਜੀ ਅਮੀਸ਼ਾ ਕਹਿੰਦੇ ਵੀ ਕੋਚ ਬਲਜਿੰਦਰ ਉਹਨਾਂ ਦੇ ਨਾਲ ਵਿਸ਼ੇਸ਼ ਤੌਰ ਤੇ ਪੁੱਜੇ ਹੈ ਸਾਡੇ ਪ੍ਰਾਪਣਾ ਦੇ ਫੁੱਫੜ ਜੀ ਸਰਦਾਰ ਮੂਲਾ ਸਿੰਘ ਜੀ ਅਮੀਸ਼ਾ ਆਪਾਂ ਵੱਡਾ ਧੰਨਵਾਦ ਕਰਦੇ ਹਾਂ ਆਪ ਪੁੱਜ ਗਿਆ ਕਹਿੰਦੇ ਵੀ ਕਰ ਫੂਕ ਤਮਾਸ਼ਾ ਦੇਖਣ ਵਾਲਾ ਕਬੱਡੀ ਦਾ ਕੋਚ ਹੈ ਬਲਜਿੰਦਰ ਅਮੀਸ਼ਾ ਆਪਣੀ ਜੇਬ ਦੇ ਵਿੱਚੋਂ ਖਰਚਾ ਕਰਕੇ ਕਹਿੰਦੇ ਵੀ ਪਲੇਅਰ ਤਿਆਰ ਕਰਦਾ ਇਹਨੂੰ ਕਹਿੰਦੇ ਆ ਕਰ ਫੂਕ ਤਮਾਸ਼ਾ ਦੇਖਣ ਵਾਲਾ ਕਬੱਡੀ ਦਾ ਕੋਚ ਬਲਜਿੰਦਰ ਅਮੀਸ਼ਾ ਸਾਡੇ ਮਹਾਂਪੁਰਸ਼ ਬਾਬਾ ਨੌਨਿਹਾਲ ਸਿੰਘ ਜੀ ਤੇ ਮਹਾਂਪੁਰਸ਼ ਬਾਬਾ ਗੁਰਪਿੰਦਰ ਸਿੰਘ ਜੀ ਸਤਲਾਣੀ ਸਾਹਿਬ ਵਾਲੇ ਕਹਿੰਦੇ ਵੀ ਖਿਡਾਰੀਆਂ ਨੂੰ ਆਸ਼ੀਰਵਾਦ ਦੇ ਕੇ ਮੁਕਾਬਲਾ ਜਿਹੜਾ ਸ਼ੁਰੂ ਕਰਵਾਉਣਗੇ ਕਬੱਡੀ ਦੇ ਖੇਡ ਮੈਦਾਨ ਅੰਦਰ ਇਹਦਾ ਮੁਕਾਬਲਾ ਹੋਵੇਗਾ ਪੂਰਾ ਤੱਕਣ ਯੋਗ ਕਬੱਡੀ ਦੇ ਖੇਡ ਮੈਦਾਨ ਅੰਦਰ ਮੁਕਾਬਲਾ ਖੇਡਿਆ ਜਾਣਾ ਸ਼ੰਟੂ ਸਾਰਗੜੇ ਦਾ ਪੁੱਜ ਗਿਆ ਇਧਰਲੇ ਪਾਸੇ ਪੁੱਜ ਗਿਆ ਹੈਪੀ ਤੇ ਨਾਲ ਕਹਿੰਦੇ ਮੇਰੇ ਵੀਰ ਗੋਪੀ ਕੈਰੋ ਵਾਲਾ ਤੇ ਗੋਪੀ ਟਿੱਬੀ ਵਾਲਾ ਰਾਣਾ ਪੁੱਜ ਗਿਆ ਗੋਪੀ ਕਰਿੰਡੀ ਵਾਲਾ ਵਿਸ਼ੇਸ਼ ਤੌਰ ਤੇ ਪੁੱਜਿਆ ਦੋਨੋਂ ਵੀਰ ਪੁੱਜੇ ਹੈ ਸਾਡੇ ਸਰਦਾਰ ਕੁਲਦੀਪ ਸਿੰਘ ਜੀ ਲਾਹੌਰੀ ਮੱਲ ਵਾਲੇ ਇਸ ਕਬੱਡੀ ਦੀ ਟੀਮ ਨਾਲ ਕਹਿੰਦੇ ਅਥਾਹ ਪਿਆਰ ਹੈ ਰਾਜਾ ਸਾਡਾ ਯਾਰ ਪੁੱਜਿਆ ਇਧਰਲੇ ਪਾਸੇ ਕਹਿੰਦੇ ਮਹਾਂਵੀਰ ਸਰਪੰਚ ਉਹਨਾਂ ਨੇ ਰਣਜੀਤ ਐਵੀਨਿਊ ਦੀ ਧਰਤੀ ਤੇ ਵਰਲਡ ਕੱਪ ਕਰਵਾ ਦਿੱਤਾ ਕਿ ਮਿੱਤਰਾਂ ਦੀ ਛਤਰੀ ਤੋਂ ਉੱਡ ਗਈ ਹੁਣ ਅੰਬਰਾਂ 'ਚ ਲਾਉਣੀਆਂ ਉਡਾਰੀਆਂ ਸੇਵਕ ਨੱਥੂ ਪ੍ਰਿਆ ਉਹਨਾਂ ਦਾ ਭਰਾ ਪੁੱਜਿਆ ਜੱਗਾ ਕਹਿੰਦੇ ਪੁੱਜ ਗਿਆ ਇਹ ਨੌਜਣ ਕੈਲੇ ਹੋਰਨੀਆਂ ਕਪੂਰਥਲਾ ਕਬੱਡੀ ਕਲੱਬ ਵੱਲੋਂ ਖੇਡਦਾ ਮੱਖਣ ਧਾਲੀਵਾਲ ਉਹਨਾਂ ਵੱਲੋਂ ਕਹਿੰਦੇ ਮੱਧੂ ਕੋਚ ਉਹਨਾਂ ਵੱਲੋਂ ਖੇਡਦਾ ਜੱਗਾ ਕਰਿੰਡੀ ਵਾਲਾ ਵੀ ਪੁੱਜ ਗਿਆ ਸਾਡੇ ਸਰਦਾਰ ਕੁਲਦੀਪ ਸਿੰਘ ਜੀ ਬਣੀਏ ਕਿ ਪ੍ਰਧਾਨ ਸਾਹਿਬ ਪੁੱਜੇ ਆਪਾਂ ਵਿਸ਼ੇਸ਼ ਤੌਰ ਤੇ ਵੱਡਾ ਧੰਨਵਾਦ ਕਰਦੇ ਹਾਂ ਸਾਡੇ ਸਰਦਾਰ ਕੁਲਦੀਪ ਸਿੰਘ ਜੀ ਬਣੀਏ ਕਿ ਪ੍ਰਧਾਨ ਵਿਸ਼ੇਸ਼ ਤੌਰ ਤੇ ਪੁੱਜੇ ਹੈ ਆਪਾਂ ਵੱਡਾ ਧੰਨਵਾਦ ਕਰਦੇ ਹਾਂ ਕਬੱਡੀ ਦੇ ਖੇਡ ਮੈਦਾਨ ਅੰਦਰ ਜਿੰਨੀਆਂ ਵੀ ਸਤਿਕਾਰ ਦੇ ਯੋਗ ਸ਼ਖਸੀਅਤਾਂ ਪੁੱਜਦੀਆਂ ਜਾ ਰਹੀਆਂ ਆਪਾਂ ਸਾਰੇ ਵੀਰਾਂ ਦਾ ਵੱਡਾ ਧੰਨਵਾਦ ਕਰਦੇ ਹਾਂ
ਸਾਡੇ ਸਰਦਾਰ ਜਸਮਾਨ ਸਿੰਘ ਜੀ ਨੰਬਰਦਾਰ ਸਾਹਿਬ ਨਾਲ ਸਾਡੇ ਸਰਦਾਰ ਗੁਰਮੇਜ ਸਿੰਘ ਜੀ ਜਸਮਾਨ ਸਿੰਘ ਜੀ ਸਰਦਾਰ ਗੁਰਮੇਜ ਸਿੰਘ ਜੀ ਰੌਣਕਾਂ ਜਿਹੜੀਆਂ ਲੱਗੀਆਂ ਰੱਬ ਰੂਪੀ ਦਰਸ਼ਕ ਪੁੱਜੇ ਆ ਤੁਹਾਡੀ ਚੜ੍ਹਦੀ ਕਲਾ ਹੋਣੀ ਹੈ ਉਹਨਾਂ ਵੀਰਾਂ ਵੱਲੋਂ ਵੀ ਵੱਡੇ ਮਾਇਆ ਦੇ ਗੱਫੇ ਜਿਹੜੇ ਬੋਲਾਂ ਤੋਂ ਖੁਸ਼ ਹੋ ਕੇ ਪੁੱਜੇ ਹੈ ਸਾਡੇ ਸਰਦਾਰ ਰਣਜੀਤ ਸਿੰਘ ਜੀ ਡਿਪਟੀ ਰਣਜੀਤ ਸਿੰਘ ਜੀ ਕੁਲਜੀਤ ਸਿੰਘ ਜੀ ਜੈਲਦਾਰ ਸਾਹਿਬ ਉਹਨਾਂ ਵੱਲੋਂ ਵੱਡੇ ਮਾਨ ਸਨਮਾਨ ਜਿਹੜੇ ਬੋਲਾਂ ਤੋਂ ਖੁਸ਼ ਹੋ ਕੇ ਪੁੱਜੇ ਹੈ ਸਾਡੇ ਸਰਦਾਰ ਕੁਲਜੀਤ ਸਿੰਘ ਜੀ ਜੈਲਦਾਰ ਦੋਨੋਂ ਟੀਮਾਂ ਜਿਹੜੀਆਂ ਗਰੁੱਪ ਫੋਟੋ ਦੇ ਲਈ ਅੱਗੇ ਆ ਜਾਣ ਜੀ ਦੋਨਾਂ ਟੀਮਾਂ ਨੂੰ ਚੰਦ ਵਾਜਾਂ ਨੇ ਚੰਦ ਮੈਸੇਜ ਨੇ ਤੇ ਨਾਲ ਮਹਾਂਪੁਰਸ਼ ਪੁੱਜਣਗੇ ਸਾਡੇ ਬਾਬਾ ਨੌ ਨਿਹਾਲ ਸਿੰਘ ਜੀ ਨਾਲ ਸਾਡੇ ਮਹਾਂਪੁਰਸ਼ ਬਾਬਾ ਗੁਰਪਿੰਦਰ ਸਿੰਘ ਜੀ ਸਤਲਾਣੀ ਸਾਹਿਬ ਵਾਲੇ ਪੁੱਜਣਗੇ ਤੇ ਮੁਕਾਬਲਾ ਜਿਹੜਾ ਸ਼ੁਰੂ ਹੋਵੇਗਾ ਦੋਨਾਂ ਟੀਮਾਂ ਨੂੰ ਆਸ਼ੀਰਵਾਦ ਦਿੱਤੇ ਜਾਣਗੇ ਤੇ ਮੁਕਾਬਲਾ ਜਿਹੜਾ ਕਹਿੰਦੇ ਪੂਰਾ ਸਿਰੇ ਦਾ ਖੇਡਿਆ ਜਾਣਾ ਅੱਜ ਕਹਿੰਦੇ ਪੇੜ ਹੋਣਗੇ ਸਾਨਾਂ ਦੇ ਮਹਾਂਬਲੀ ਪਹਿਲਵਾਨਾਂ ਦੇ ਕੋਈ ਬਚ ਬਚਾ ਕੇ ਨੱਸੇਗਾ ਕੋਈ ਅੱਗੇ ਹੋ ਹੋ ਡੱਕੇਗਾ ਕਿ ਮੈਂ ਕਹਿਣੇ ਇਹਨਾਂ ਮਿਹਨਤੀ ਇਨਸਾਨਾਂ ਦੇ ਅੱਜ ਪੇੜ ਹੋਣਗੇ ਸਾਨਾਂ ਦੇ ਪੇੜ ਕਬੱਡੀ ਦੇ ਖੇਡ ਮੈਦਾਨ ਅੰਦਰ ਆਉਣੇ ਹੈ ਮਹਾਂਪੁਰਸ਼ਾਂ ਨੇ ਕਹਿੰਦੇ ਵੀ ਪਾਕਿਸਤਾਨ ਦੀ ਟੀਮ ਜਿਹੜੀ ਗਾੜੇ ਪਿਛਾੜੇ ਦੀ ਧਰਤੀ ਦੇ ਸੱਦ ਕੇ ਰਿਕਾਰਡ ਪੈਦਾ ਕੀਤੇ ਹੈ ਮਹਾਂਪੁਰਸ਼ ਕਹਿੰਦੇ ਸੁੱਗਿਆ ਜੇ ਕਿਤੇ ਪਾਕਿਸਤਾਨ ਦੀ ਟੀਮ ਫਿਰ ਤੋਂ ਇੱਥੇ ਆ ਜਾਵੇ ਕਹਿੰਦੇ ਵੀ ਸਿਆਸਤਾਂ ਕੁਝ ਇਹੋ ਜਿਹੀਆਂ ਮਾੜੀਆਂ ਹੋ ਗਈਆਂ ਵੀ ਟੀਮ ਹੁਣ ਨਹੀਂ ਪੁੱਜਦੀ ਇੱਕ ਵਾਰੀ ਪੁੱਜੀ ਵੀ ਤੇ ਮੈਚ ਰੱਦ ਹੋ ਗਏ ਕਹਿੰਦੇ ਵੀ ਸੁੱਗਿਆ ਜੰਝੂ ਹੋਣੀ ਇੱਕ ਵਾਰੀ ਫਿਰ ਗਾੜੇ ਪਿਛਾੜੇ ਦੀ ਧਰਤੀ ਤੇ ਖੇਡਣਗੇ ਮੰਨਾ ਕਹਿੰਦੇ ਪੁੱਜਿਆ ਮਾਝੇ ਦਾ ਮਜਾਇਲ ਜੱਟ ਸੋਨੂੰ ਸਾਡਾ ਭਰਾ ਕਿਰਲਗੜੀਆ ਕਹਿੰਦੇ ਮਾਂ ਖੇਡ ਕਬੱਡੀ ਦਾ ਮਹਾਨ ਲਖਾਰੀ ਹੈ ਸੋਨੂੰ ਆਪਾਂ ਵੱਡਾ ਧੰਨਵਾਦ ਕਰਦੇ ਤੇਰਾ ਵੀ ਵੀਰ ਸੁੱਗੇ ਦੀ ਧਰਤੀ ਤੇ ਇਹ ਕਬੱਡੀ ਦੀ ਮਹਾਨ ਲਖਾਰੀ ਦਾ ਜਿਹੜਾ ਵੱਡਾ ਮਾਨ ਸਨਮਾਨ 1500 ਨੂੰ ਕੀਤਾ ਜਾਣਾ ਉਧਰ ਸਾਡੇ ਮਹਾਂਪੁਰਸ਼ ਬਾਬਾ ਨੌ ਨਿਹਾਲ ਸਿੰਘ ਜੀ ਬਾਬਾ ਗੁਰਪਿੰਦਰ ਸਿੰਘ ਜੀ ਨੇ ਨਾਲ ਸਾਡੀ ਸਮੂਹ ਪ੍ਰਬੰਧਕ ਕਮੇਟੀ ਆ ਆਸ਼ੀਰਵਾਦ ਦੇ ਰਹੀ ਹੈ ਇਹਨਾਂ ਖਿਡਾਰੀਆਂ ਨੂੰ ਤੇ ਮੁਕਾਬਲਾ ਜਿਹੜਾ ਕਹਿੰਦੇ ਸ਼ੁਰੂ ਹੋਣ ਜਾ ਰਿਹਾ ਮੁਕਾਬਲਾ ਪੂਰਾ ਤੱਕਣ ਯੋਗ ਹੋਵੇਗਾ ਤੱਕਣ ਯੋਗ ਮੁਕਾਬਲਾ ਕਬੱਡੀ ਦੇ ਖੇਡ ਮੈਦਾਨ ਅੰਦਰ ਖੇਡਿਆ ਜਾਣਾ ਸਾਡੇ ਕਬੱਡੀ ਦੇ ਮੁੱਖ ਮੰਤਰੀ ਨੇ ਬਾਬਾ ਗੁਰਪਿੰਦਰ ਸਿੰਘ ਜੀ ਸਤਲਾਣੀ ਸਾਹਿਬ ਵਾਲੇ ਵੱਡਾ ਧੰਨਵਾਦ ਕਰਦੇ ਹਾਂ ਕਬੱਡੀ ਦੇ ਆ ਮੁੱਖ ਮੰਤਰੀ ਜਿਨ੍ਹਾਂ ਨੂੰ ਲੋਕੀ ਕਹਿੰਦੇ ਜਿਨ੍ਹਾਂ ਦੀ ਖਾਤਰ ਗਰਾਊਂਡਾਂ ਦੇ ਵਿੱਚ ਪਲੇਅਰਾਂ ਦੇ ਮੁੱਲ ਪੈਂਦੇ ਨਾਲ ਕਬੱਡੀ ਜਿਨ੍ਹਾਂ ਨੇ ਪਾਇਆ ਮੋਹੇ ਬਾਲਾ ਸਤਕਾਰ ਨਾਲ ਸਭ ਕਹਿ ਦਿੰਦੇ ਨੇ ਬਾਬਾ ਗੁਰਪਿੰਦਰ ਸਿੰਘ ਵਡਾਲਾ ਸੋਨੋ ਕਿਰਲਗੜ ਵਾਲਿਆ ਸੀਸ ਝੁਕਾਉਂਦਾ ਇਹੋ ਜਿਹੀ ਸ਼ਖਸੀਅਤ ਵੱਡੀ ਨੂੰ ਜਿਨ੍ਹਾਂ ਨੇ ਕਹਿੰਦੇ ਹਰਸ਼ੋਂ ਅਰਸ਼ ਪਛਾ ਦਿੱਤਾ ਮਾਂ ਖੇਡ ਕਬੱਡੀ ਨੂੰ ਜਿਨ੍ਹਾਂ ਨੇ ਕਹਿੰਦੇ ਹਰਸ਼ੋਂ ਅਰਸ਼ ਤੱਕ ਪਹੁੰਚਾ ਦਿੱਤਾ ਮਾਂ ਖੇਡ ਕਬੱਡੀ ਨੂੰ ਕਬੱਡੀ ਦੀਆਂ ਦੋਨਾਂ ਟੀਮਾਂ ਦੇ ਨਾਲ ਆਸ਼ੀਰਵਾਦ ਜਿਹੜਾ ਮਹਾਂਪੁਰਸ਼ ਦੇਣ ਜਾ ਰਹੇ ਹੈ ਉਧਰਲੇ ਪਾਸੇ 365 ਕਬੱਡੀ .com ਦੇ ਰਾਹੀਂ ਕਹਿੰਦੇ ਵੀ ਇਹ ਪ੍ਰੋਗਰਾਮ ਕਬੱਡੀ ਦਾ ਜਿਹੜਾ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਲਾਈਵ ਚੱਲ ਰਹੇ ਆਪਾਂ ਵੱਡਾ ਧੰਨਵਾਦ ਕਰਦੇ ਹਾਂ 365 ਕਬੱਡੀ .com ਕਹਿੰਦੇ ਦੁਨੀਆ ਦੀ ਮੰਨੀ ਪਰਮੰਨੀ .com ਹੈ ਇਹਨਾਂ ਭਰਾਵਾਂ ਦਾ ਵੀ ਵੱਡਾ ਸਤਿਕਾਰ ਕੀਤਾ ਜਾਂਦਾ ਹੈ ਉਧਰ ਦਲਵਾਕ ਘਰਿਆਲੇ ਨੇ ਵਿਸਲ ਮਾਰ ਦਿੱਤੀ ਹੈ ਆਪਾਂ ਵੱਡਾ ਧੰਨਵਾਦ ਕਰਦੇ ਹਾਂ ਸਾਡੇ ਸਰਦਾਰ ਮੇਜਰ ਸਿੰਘ ਜੀ ਮੀਤਪੁਰੀਆ ਬਹੁਤ ਵੱਡਾ ਮਾਨ ਸਨਮਾਨ 500 ਰੁਪਏ ਦਾ ਭੇਜਿਆ ਕਹਿੰਦੇ ਵੀ ਸੁੱਗਿਆ 500 ਰੁਪਈਆ ਸਾਡੇ ਮਹਾਂਪੁਰਸ਼ ਬਾਬਾ ਗੁਰਪਿੰਦਰ ਸਿੰਘ ਜੀ ਸਤਲਾਣੀ
ਤੇ ਮਹਾਂਪੁਰਸ਼ ਬਾਬਾ ਨੌ ਨਿਹਾਲ ਸਿੰਘ ਉਹਨਾਂ ਦੇ ਨਾਂ ਤੋਂ ਹੈ। ਉਧਰਲੇ ਪਾਸੇ ਸਾਡੇ ਸਰਦਾਰ ਗੁਰਪ੍ਰਤਾਪ ਸਿੰਘ ਜੀ, ਬਹੁਤ ਵੱਡਾ ਮਾਣ ਸਨਮਾਨ ਉਹਨਾਂ ਵੱਲੋਂ ਵੀ ਬੋਲਾਂ ਤੋਂ ਖੁਸ਼ ਹੋ ਕੇ ਪੁੱਜਿਆ। ਸਾਡੇ ਸਰਪੰਚ ਸਾਹਿਬ ਪੁੱਜੇ ਆ ਸੈਦਪੁਰ ਪੱਟੀ ਤੋਂ, ਉਹਨਾਂ ਵੱਲੋਂ ਵੀ ਵੱਡੇ ਮਾਣ ਸਨਮਾਨ ਜਿਹੜੇ ਬੋਲਾਂ ਤੋਂ ਖੁਸ਼ ਹੋ ਕੇ ਪੁੱਜੇ ਆ, ਵੱਡਾ ਧੰਨਵਾਦ ਕਰਦੇ ਹਾਂ। ਸਾਡੇ ਕਹਿੰਦੇ ਵੀ ਡਿਊਟੀਆਂ ਜਿਹੜੀਆਂ ਖੇਡ ਦੇ ਮੈਦਾਨ ਵਿੱਚ ਨਿਭਾ ਰਹੇ ਗੋਲਾ ਭਲਵਾਨ ਜੀ, ਨਾਲ ਸਾਡੇ ਸੁਖਵੀਰ ਹੋਣੀ, ਸਾਡੇ ਰਣਜੀਤ ਸਿੰਘ ਜੀ ਮੈਂਬਰ ਸਾਹਿਬ, ਉਹਨਾਂ ਵੱਲੋਂ ਵੀ 500 ਰੁਪਏ ਦੇ ਵੱਡੇ ਮਾਨ ਸਨਮਾਨ ਜਿਹੜੇ ਬੋਲਾਂ ਤੋਂ ਖੁਸ਼ ਹੋ ਕੇ ਪੁੱਜੇ ਹੈ। 500 ਰੁਪਏ ਦੇ ਬੋਲਾਂ ਤੋਂ ਖੁਸ਼ ਹੋ ਕੇ ਮਾਨ ਸਨਮਾਨ ਜਿਹੜੇ ਪੁੱਜੇ। ਦੋਨੋਂ ਟੀਮਾਂ ਜਿਹੜੀਆਂ ਸੈਡਾਂ ਮੰਨ ਲਈਆਂ ਤੇ ਮੁਕਾਬਲਾ ਕਹਿੰਦੇ ਪੂਰਾ ਸਿਰੇ ਦਾ ਖੇਡਿਆ ਜਾਣਾ, ਪੂਰਾ ਸਿਰੇ ਦਾ ਖੇਡਿਆ ਜਾਣਾ। ਬਾਬਾ ਨੌ ਨਿਹਾਲ ਸਿੰਘ ਜੀ ਦੋ ਕੁ ਟੱਪੇ ਕਹਿਣੇ ਆ, ਧਿਆਨ ਦੇ ਕੇ ਸੁਣਨਾ। ਪਹਿਲਾਂ ਗੁਰੂ ਘਰ ਦੇ ਪੱਤਰੇ ਪਾਟੇ ਆ, ਹੁਣ ਸ਼ਬੀਲਾਂ ਤੇ ਵੀ ਹਮਲੇ ਹੋਣ ਲੱਗ ਗਏ ਆ ਕਿ ਹੱਲੇ ਭੁੱਲੀ ਨੀ 84 ਜ਼ਖਮ ਹੱਲੇ ਵੀ ਆ ਅੱਲੇ, ਹੱਲੇ ਭੁੱਲੀ ਨੀ 84 ਜ਼ਖਮ ਹੱਲੇ ਵੀ ਆ ਅੱਲੇ। ਇੱਕ ਵਾਰੀ ਪੰਜਾਬ ਨੇ ਹਵਾ ਵਿੱਚ ਫਿਰ ਮਾਰੀ ਛੱਲ ਹੈ, ਜਿੰਨੀ ਕੁ ਹੈਗੀ ਅਮਨ ਸ਼ਾਂਤੀ ਉਹਨੂੰ ਗਵਾਓ ਨਾ, ਪੁੱਤ ਪਹਿਲਾਂ ਬਹੁਤ ਮਰੇ ਮੇਰੇ ਪੰਜਾਬ ਦੇ ਹੋਰ ਮਰਵਾਓ ਨਾ, ਪੁੱਤ ਪਹਿਲਾਂ ਬਹੁਤ ਮਰੇ ਮੇਰੇ ਪੰਜਾਬ ਦੇ ਹੋਰ ਮਰਵਾਓ ਨਾ। ਕਿ ਸਿਆਸਤ ਦਾ ਪੱਧਰ ਕਿੱਡਾ ਮਾੜਾ ਹੋ ਗਿਆ, ਖੜਾ ਕੁਰਸੀ ਲਈ ਕਿੱਡਾ ਪਵਾੜਾ ਹੋ ਗਿਆ, ਹੋਰ ਬਹੁਤ ਥਾਵਾਂ ਨੇ ਸਿਆਸਤਾਂ ਕਰਨੇ ਨੂੰ, ਮੇਰੇ ਗੁਰੂ ਮਹਾਰਾਜ ਨੂੰ ਵਿੱਚ ਲਿਆਓ ਨਾ, ਪੁੱਤ ਪਹਿਲਾਂ ਬਹੁਤ ਮਰੇ ਮੇਰੇ ਪੰਜਾਬ ਦੇ ਹੋਰ ਮਰਵਾਓ ਨਾ। ਲਓ ਇਹ ਹੈ ਹੀਰਾ ਤਲਵੰਡੀ ਚੌਧਰੀਆਂ ਦੀ ਧਰਤੀ ਦਾ, ਨਹੀਂ ਰੀਸਾਂ ਬੱਲੇ ਬੱਲੇ ਹੋਈ ਪਈ ਹੈ, ਜੱਗਾ ਕਰਿੰਡੀ ਵਾਲਾ ਕਰਦਾ ਡੱਕਣ ਦੀ। ਸਾਡੇ ਮਨਜੀਤ ਸਿੰਘ ਜੀ ਸਰਪੰਚ ਸਾਹਿਬ ਬਹੁਤ ਵੱਡਾ ਮਾਨ ਸਨਮਾਨ ਬੋਲਾਂ ਤੋਂ ਖੁਸ਼ ਹੋ ਕੇ ਭੇਜਦੇ ਹੈ। ਸਾਡੇ ਸਰਦਾਰ ਮਨਜੀਤ ਸਿੰਘ ਜੀ ਸਰਪੰਚ ਸਾਹਿਬ ਬਹੁਤ ਵੱਡਾ ਮਾਨ ਸਨਮਾਨ ਬੋਲਾਂ ਤੋਂ ਖੁਸ਼ ਹੋ ਕੇ ਪੁੱਜੇ ਹੈ, ਵੱਡਾ ਧੰਨਵਾਦ ਹੈ। ਸਾਡੇ ਸਰਦਾਰ ਕੁਲਦੀਪ ਸਿੰਘ ਜੀ ਪ੍ਰਧਾਨ ਸਾਹਿਬ ਨੇ ਵਣੀਏ ਕੇ ਤੋਂ ਵਿਸ਼ੇਸ਼ ਤੌਰ ਤੇ ਪੁੱਜੇ, ਵੱਡਾ ਧੰਨਵਾਦ ਹੈ। ਸਾਡੇ ਸਰਦਾਰ ਕੁਲਦੀਪ ਸਿੰਘ ਜੀ ਪ੍ਰਧਾਨ ਸਾਹਿਬ ਨੇ ਵਣੀਏ ਕੇ ਤੋਂ ਵਿਸ਼ੇਸ਼ ਤੌਰ ਤੇ ਪੁੱਜੇ, ਵੱਡਾ ਧੰਨਵਾਦ ਕੀਤਾ ਜਾਂਦਾ ਹੈ। ਜਿਹੜਾ ਪਹਿਲਾਂ ਯਹੋ ਲਾਵੇਗਾ ਪਹਿਲਾਂ ਯਹੋ ਲਾਊਗਾ। ਸਾਡੇ ਸਰਦਾਰ ਰਣਜੀਤ ਸਿੰਘ ਜੀ ਮੈਂਬਰ ਸਾਹਿਬ ਕਹਿੰਦੇ 500 ਦੇ ਮਾਨ ਸਨਮਾਨ ਦੇਵਾਂਗੇ, ਜਿਨ੍ਹਾਂ ਦੀ ਜਿਨ੍ਹਾਂ ਵੀਰਾਂ ਦੀ ਕੋਈ ਗਰਾਊਂਡ ਦੇ ਵਿੱਚ ਡਿਊਟੀ ਨਹੀਂ ਉਹ ਕਿਰਪਾ ਕਰਕੇ ਕਬੱਡੀ ਦਾ ਆਨੰਦ ਜਿਹੜਾ ਬਾਹਰ ਬੈਠ ਕੇ ਤੱਕਣ। ਜੱਗੇ ਭੋਸਿਆਂ ਵਾਲੇ ਦਾ ਕਹਿੰਦੇ ਮਾਨ ਸਨਮਾਨ ਪ੍ਰਭ ਯੂਕੇ ਵੱਲੋਂ ਗੁਰਜਦਨ ਕੀਤਾ ਜਾਣਾ। ਸਾਡੇ ਰਾਜੀਵ ਕੁਮਾਰ ਜੀ ਸਰਪੰਚ ਚੀਚੇ ਤੋਂ ਵਿਸ਼ੇਸ਼ ਤੌਰ ਤੇ ਪੁੱਜੇ, ਵੱਡਾ ਧੰਨਵਾਦ ਕਰਦੇ ਹਾਂ। ਸਾਡੇ ਮਹਾਂਪੁਰਸ਼ ਬਾਬਾ ਗੁਰਪਿੰਦਰ ਸਿੰਘ ਜੀ ਸਤਨਾਣੀ ਸਾਹਿਬ ਵਾਲੇ ਮਹਾਂਪੁਰਸ਼ਾਂ ਵੱਲੋਂ ਵੱਡਾ ਪਿਆਰ ਜਿਹੜਾ ਬੋਲਾਂ ਤੋਂ ਖੁਸ਼ ਹੋ ਕੇ ਪੁੱਜਿਆ, ਵੱਡਾ ਧੰਨਵਾਦ ਕਰਦੇ ਹਾਂ ਜੀ। ਸਾਡੇ ਸਰਦਾਰ ਗੁਰਮੇਜ ਸਿੰਘ ਜੀ ਨੰਬਰਦਾਰ ਸਾਹਿਬ ਉਹਨਾਂ ਵੱਲੋਂ ਵੀ ਵੱਡੇ ਮਾਨ ਸਨਮਾਨ ਜਿਹੜੇ ਵੱਡੇ ਮਾਇਆ ਦੇ ਗੱਫੇ ਪੁੱਜੇ ਆ ਬੋਲਾਂ ਤੋਂ ਖੁਸ਼ ਹੋ ਕੇ, ਵੱਡਾ ਧੰਨਵਾਦ ਹੈ, ਵੱਡਾ ਧੰਨਵਾਦ ਕਰਦੇ ਸਾਡੇ ਸਰਦਾਰ ਗੁਰਮੇਜ ਸਿੰਘ ਜੀ ਨੰਬਰਦਾਰ ਸਾਹਿਬ। ਪਹਿਲੇ ਯਹੇ ਤੇ 500 ਰੁਪਈਆ ਸਾਡੇ ਸਰਦਾਰ ਰਣਜੀਤ ਸਿੰਘ ਜੀ ਮੈਂਬਰ ਸਾਹਿਬ ਤੇ ਸੁੱਖ ਸਾਡਾ ਵੀਰ ਹੈ ਕਹਿੰਦਾ ਦੋਨਾਂ ਵੱਲੋਂ 500 ਰੁਪਈਆ 1500 ਰੁਪਈਆ। ਜਸਮਾਨ ਸਿੰਘ ਜੀ ਨੰਬਰਦਾਰ ਸਾਹਿਬ ਜਿਹੜਾ ਜਹਾ ਪਹਿਲਾਂ ਲਾਵੇਗਾ 1500 ਰੁਪਈਏ ਦਾ ਮਾਨ ਸਨਮਾਨ ਹੋਵੇਗਾ। ਸਾਡੇ ਸਰਦਾਰ ਗੁਰਮੇਜ ਸਿੰਘ ਜੀ ਬਹੁਤ ਵੱਡਾ ਮਾਨ ਸਨਮਾਨ ਉਹਨਾਂ ਵੱਲੋਂ ਵੀ ਬੋਲਾਂ ਤੋਂ ਖੁਸ਼ ਹੋ ਕੇ ਪੁੱਜਿਆ, ਵੱਡਾ ਧੰਨਵਾਦ ਹੈ। ਲਓ ਸਾਹਮਣੇ ਮੁਕਾਬਲਾ ਪੂਰਾ ਸਖਤ ਹੈ। ਸਾਡੇ ਗੋਲਾ ਭਲਵਾਨ ਜੀ ਬਹੁਤ ਵੱਡਾ ਮਾਨ ਸਨਮਾਨ ਬੋਲਾਂ ਤੋਂ ਖੁਸ਼ ਹੋ ਕੇ ਭੇਜਦੇ ਹੈ, ਵੱਡਾ ਧੰਨਵਾਦ ਹੈ। ਆਪਣੇ ਸਮੇਂ ਦੇ ਕਹਿੰਦੇ ਵੱਡੇ ਮੱਲ ਨੇ ਇਸ ਏਰੀਏ ਦੇ। ਗੋਪੀ ਕੈਰੋਂ ਪਿੰਡ ਦਾ ਕਬੱਡੀ ਖੇਡ ਦੇ ਮੈਦਾਨ ਵਿੱਚ ਪਾ ਰਿਹਾ ਹੈ ਕਿ ਖੇਡ ਦੇ ਮੈਦਾਨ ਵਿੱਚ ਖਿੱਚਦੀ ਲਕੀਰ, ਅੱਜ ਪਤਾ ਲੱਗੂ ਕਿਹਦਾ ਤਕੜਾ ਸਰੀਰ। ਫਿੱਡੂ ਛੱਬੇ ਵਾਂਗ ਪਾ ਦਿਓ ਕਬੱਡੀਆਂ, ਜਿੱਤਣ ਨਹੀਂ ਦੇਣੇ ਹੋਰ ਮਿੱਤਰੋ। ਔਰ ਸਾਹਮਣੇ ਪਿਆ ਕੱਪ ਕਿਨੇ ਚੁੱਕਣਾ, ਲਾ ਕੇ ਡੌਲਿਆਂ ਪੱਟਾਂ ਦਾ ਪੂਰਾ ਜ਼ੋਰ ਮਿੱਤਰੋ, ਲਾ ਕੇ ਡੌਲਿਆਂ ਪੱਟਾਂ ਦਾ ਪੂਰਾ ਜ਼ੋਰ ਮਿੱਤਰੋ। ਸਾਡੇ ਸਰਦਾਰ ਮਨਜੀਤ ਸਿੰਘ ਜੀ ਸਰਪੰਚ ਸਰਕਾਰੀਆ ਕੋਟ ਖਾਲਸੇ ਤੋਂ ਵਿਸ਼ੇਸ਼ ਤੌਰ ਤੇ ਪੁੱਜੇ, ਵੱਡਾ ਧੰਨਵਾਦ ਕਰਦੇ ਹਾਂ। ਸਾਡੇ ਸਰਦਾਰ ਮਨਜੀਤ ਸਿੰਘ ਜੀ ਸਰਪੰਚ ਸਰਕਾਰੀਆ ਕੋਟ ਖਾਲਸੇ ਤੋਂ ਪੁੱਜੇ ਹੈ ਤੇ ਕਹਿੰਦੇ ਆ ਕੌਣ ਹੈ, ਇਹ ਆ ਗੋਪੀ ਟਿੱਬੀ ਵਾਲਾ ਕਿ ਹੱਥ ਵੜੇ ਪੱਕੇ। ਕਹਿੰਦੇ ਟਿੱਬੀ ਵਾਲੇ ਗੋਪੀ ਦੇ ਢਾ ਲੈਂਦਾ ਧਾਵੀ ਜੋ ਖਵਾਉਂਦੇ ਪੂਰੇ ਚੋਟੀ ਦੇ, ਢਾ ਲੈਂਦਾ ਧਾਵੀ ਜੋ ਖਵਾਉਂਦੇ ਪੂਰੇ ਚੋਟੀ ਦੇ। ਬੱਲੇ 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 ਬੱਲੇ
टाइम ते किदी ड्यूटी है लवी बलकार सिंह मैनू लगता भी एक सैकंड बाकी रह गया है लो आए महावीर सरपंच दा वीर कबड्डी पाउण दे लई खेड दे मैदान विच वधदा है महावीर सरपंच उहनां दा वीर कबड्डी दे खेड मैदान अंदर कबड्डी पाउण दे लई वधदा है सामने चार जाफी है ते चारां ते पैंदी कबड्डी आपां तकांगे चारो पूरे कहंदे सिरे दे है साडे करनाम सिंह जी चाल ਪੰਜਾਬ ਬਿਜਲੀ ਬੋਰਡ ਦੇ ਵਿੱਚ ਮੁਲਾਜ਼ਮ ਨੇ ਉਹਨਾਂ ਵੱਲੋਂ ਵੀ ਵੱਡੇ ਮਾਨ ਸਨਮਾਨ ਪੁੱਜੇ ਆ ਇਹ ਆ ਮਹਾਂਵੀਰ ਸਰਪੰਚ ਉਹਨਾਂ ਦਾ ਵੀਰ ਨਾਲ ਸਾਡੇ ਧਰਮਿੰਦਰ ਸਿੰਘ ਜੀ ਸਰਪੰਚ ਨੇ ਦੌਕੇ ਨਾਲ ਸਾਡੇ ਸਰਦਾਰ ਹਰਪਾਲ ਸਿੰਘ ਜੀ ਆੜਤੀ ਆ ਸਾਡੇ ਬਾਗਾ ਦੌਕੇ ਜੀ ਨਾਲ ਸਾਡੇ ਸਰਦਾਰ ਸਵਜਿੰਦਰ ਸਿੰਘ ਜੀ ਬਾਊ ਸਰਪੰਚ ਨੇ ਦੌਕੇ ਸਾਡੇ ਡਿਪਟੀ ਦੌਕੇ ਜੀ ਉਹਨਾਂ ਵੱਲੋਂ ਵੀ 1000 ਰੁਪਏ ਦਾ ਮਾਨ ਸਨਮਾਨ ਪੁੱਜਿਆ ਬੋਲਾਂ ਤੋਂ ਖੁਸ਼ ਹੋ ਕੇ ਵੱਡਾ ਧੰਨਵਾਦ ਕਰਦੇ ਆ ਤੇ 11 ਨੂੰ ਕਹਿੰਦੇ ਵੀ ਆਪਣੇ ਪਿੰਡ ਵੱਡੇ ਸੱਦੇ ਦਿੰਦੇ ਆ ਜਿੱਥੇ ਚੋਲੇ ਵਾਲਾ ਸੁਖਮਨ ਤੇ ਕਹਿੰਦੇ ਗਰਸੋਲਾ ਨਗਰ ਲਾਲ ਕਹਿੰਦੇ ਵੀ ਹਠੂਰ ਦਾ ਏਕਮ ਦੁਨੀਆ ਦੇ ਸੁਪਰ ਸਟਾਰ ਪਿੱਥੋਂ ਵਾਲਾ ਸ਼ੀਰਾ ਘੋਨੀ ਨਰਵੈਲ ਹੁਣੀ ਪੁੱਜ ਰਹੇ ਆਪਾਂ ਉੱਥੇ ਵੀ ਹਾਜ਼ਰੀਆਂ ਲਵਾਉਣੀਆਂ ਦੋਨਾਂ ਗੋਪੀਆਂ ਦੇ ਵਿੱਚੋਂ ਜੱਫਾ ਜਿਹੜਾ ਵੀ ਲਾਵੇਗਾ ਲੱਡੂ ਮਾਵਾ ਜੀ ਕਹਿੰਦੇ ਵੀ ਦੋਨਾਂ ਗੋਪੀਆਂ ਦੇ ਵਿੱਚੋਂ ਜਿਹੜਾ ਜੱਫਾ ਭਰੇਗਾ ਉਹਦੇ ਲਈ 200 ਰੁਪਇਆ ਸਾਡੇ ਲਈ ਮਾਨ ਸਨਮਾਨ ਸਾਡੇ ਵੱਲੋਂ ਹੋਵੇਗਾ ਲਓ ਮਾਝੇ ਦਾ ਮਜਾਲ ਜੱਟ ਕਬੱਡੀ ਭਾ ਰਿਹਾ ਮੇਰੇ ਵੀਰ ਮਾਝੇ ਦਾ ਮਜਾਲ ਮੰਨਾ ਜੀਓ ਵਾਲੇ ਦੀ ਧਰਤੀ ਦਾ ਮੇਰੇ ਵੀਰ ਕਬੱਡੀ ਦੀ ਗਰਾਊਂਡ ਜਿਹੜੀ ਕਲੀਅਰ ਕਰ ਦਿਓ ਸਾਡੇ ਬਾਹਰੋਂ ਯੂਕੇ ਤੋਂ ਫੋਨ ਕਾਲ ਆ ਰਹੀਆਂ ਯੂਕੇ ਤੋਂ ਫੋਨ ਕਾਲ ਆ ਰਹੀਆਂ ਵੀ ਜਿਹੜਾ ਮਾਈਕ ਸੈੱਟ ਦੇ ਅੱਗੇ ਕੋਈ ਵੀ ਸਾਡਾ ਵੀਰ ਨਾ ਹੋਵੇ ਸਾਡੇ ਬਿੰਦਰ ਸਮਰਾ ਜੀ ਯੂਕੇ ਤੇ ਜੀਤਾ ਯੂਕੇ ਜੀ ਆਪਾਂ ਵੱਡਾ ਧੰਨਵਾਦ ਕਰਦੇ ਹਾਂ ਪ੍ਰਭ ਸਾਡਾ ਵੀਰ ਯੂਕੇ ਵਾਲਾ ਆਪਾਂ ਵੱਡਾ ਧੰਨਵਾਦ ਕਰਦੇ ਹਾਂ ਨਹੀਂ ਰੀਸਾਂ ਇਹ ਆ ਰਾਣਾ ਲਾਹੌਰੀ ਮਲ ਦੀ ਧਰਤੀ ਦਾ ਲੈ ਵੀ ਰਾਣਿਆ ਲੈ ਵੀ ਨੌਜਵਾਨਾਂ ਜੇ ਪਹਿਲਾਂ ਜੱਫਾ ਭਰਦਾ ਤੇ 1700 ਦਾ ਕਰਾ ਦਿਆਂਗੇ ਚੱਲਦਾ ਆ ਮੈਚ ਕਬੱਡੀ ਦਾ ਖੇਡ ਦੇ ਮੈਦਾਨ ਵਿੱਚ ਤੇ ਅਗਲੀ ਕਬੱਡੀ ਆਪਾਂ ਤੱਕਾਂਗੇ ਮੱਕਾ ਕੋਟ ਧਰਮਚੰਦ ਦੀ ਧਰਤੀ ਦਾ ਲੈ ਵੀ ਨੌਜਵਾਨਾਂ ਧਰਮਿੰਦਰਾ ਹੋ ਤਕੜਾ ਇੱਕ ਕੰਨੀ ਤੇ ਕਹਿੰਦੇ ਨੈਲਾ ਬਗਿਆੜ ਹੈ ਅਸ਼ਵਰਿਆ ਰਾਜ ਨੇ ਭੰਗੜਾ ਕਹਿੰਦੇ ਨੈਲੇ ਬਗਿਆੜ ਦੇ ਜੱਫਿਆਂ ਤੇ ਪਾਇਆ ਕੀਪਾ ਸ਼ਿਕਾਰ ਮਾਸ਼ੀਆਂ ਦੀ ਧਰਤੀ ਦਾ ਨੌਜਵਾਨ ਨੇ ਦੁਨੀਆ ਲੁੱਟੀ ਹੈ ਲੈ ਵੀ ਸਾਉਂਡ ਵਾਲਿਆ ਖੋਲਦੇ ਥੋੜੀ ਸਾਉਂਡ ਦੀ ਆਵਾਜ਼ ਗਲਾ ਲੈਂਦੀ ਆ ਸਾਉਂਡ ਤੇਰੀ ਮੇਰੀ ਵੀਰ ਸਾਉਂਡ ਕਹਿੰਦੇ ਸਿਰੇ ਦੀ ਸਾਉਂਡ ਹੈ ਦਸ਼ਮੇਸ਼ ਦੀ ਸਾਉਂਡ ਹੈ ਦੁਨੀਆ ਦੀ ਮੰਨੀ ਪ੍ਰਮੰਨੀ ਸਾਉਂਡ ਹੈ ਬਲਕਾਰੇ ਮੇਰੇ ਵੀਰ ਆਪਾਂ ਔਸਰ ਤੇ ਹੋ ਜੀ ਇੱਧਰ ਕੈਮਰਾ ਸੈੱਟ ਲੱਗਾ ਜਿੰਨੇ ਵੀ ਸਾਡੇ ਰਜੀਵ ਕੁਮਾਰ ਜੀ ਸਾਬਕਾ ਸਰਪੰਚ ਨੇ ਚੀਚੇ ਵਾਲੇ ਆਪਾਂ ਇਹਨਾਂ ਦਾ ਵੱਡਾ ਧੰਨਵਾਦ ਕਰਦੇ ਹਾਂ ਸਾਡੇ ਸਰਦਾਰ ਰਣਜੀਤ ਸਿੰਘ ਜੀ ਜੈਲਦਾਰ ਨਾਲ ਸਾਡੇ ਰਾਜਨ ਜੈਲਦਾਰ ਜੀ ਉਹ ਪਰਿਵਾਰ ਵੱਲੋਂ ਵੀ ਵੱਡੇ ਮਾਇਆ ਦੇ ਗੱਫੇ ਪੁੱਜੇ ਹੈ ਪ੍ਰਭ ਚੁੱਕੇ ਤੇ ਸਾਉਣ ਦੀ ਆਵਾਜ਼ ਥੋੜੀ ਜਿਹੀ ਕਲੀਅਰ ਕਰਦੇ ਮੇਰੇ ਵੀਰ ਸਾਂਭ ਜ਼ਿੰਮੇਵਾਰੀਆਂ ਤੇ ਟਿਕਾ ਦੇ ਇੱਥੇ ਸਾਉਣ ਦੀ ਆਵਾਜ਼ ਟਿਕਾ ਦੇ ਬੜੀ ਪਿਆਰੀ ਸਾਉਂਡ ਹੈ ਦੁਨੀਆ ਦੀ ਕਹਿੰਦੇ ਮੰਨੀ ਪ੍ਰਮੰਨੀ ਸਾਉਂਡ ਹੈ ਸ਼ੰਟੂ ਕਬੱਡੀ ਪਾ ਤੇ ਭੱਜੇ ਆ ਰਿਹਾ ਪੁਆਇੰਟ ਧਾਵੀ ਦੇ ਖਾਤੇ ਵਿੱਚ ਜੁੜ ਗਿਆ ਕਹਿੰਦੇ ਦੁਸ਼ਮਣ ਦੀ ਥਾਲੀ ਵਿੱਚ ਕਦੇ ਖਾਣਾ ਖਾਈਏ ਨਾ ਦੁਸ਼ਮਣ ਦੀ ਥਾਲੀ ਵਿੱਚ ਕਦੇ ਖਾਣਾ ਖਾਈਏ ਨਾ ਕਿ ਭੈਣ ਯਾਰ ਦੀ ਨਾਲ ਕਦੇ ਵੀ ਯਾਰੀ ਲਾਈਏ ਨਾ ਯਾਰ ਸੱਪ ਦੀ ਨਹੀਂ ਛੱਡਦੀ ਬੰਦਾ ਮਾਰ ਮਕਾਉਂਦੀ ਹੈ ਪੈਂਦੇ ਦਿਸਣ ਪਟਾਕੇ ਸੁੱਖਿਆ ਜਦੋਂ ਜਵਾਨੀ ਆਉਂਦੀ ਹੈ ਪੈਂਦੇ ਦਿਸਣ ਪਟਾਕੇ ਸੁੱਖਿਆ ਜਦੋਂ ਜਵਾਨੀ ਆਉਂਦੀ ਹੈ ਲਓ ਸਾਹਮਣੇ ਕੈਰੋਂ ਪਿੰਡ ਦਾ ਗੋਪੀ ਇਹ ਨੌਜਵਾਨ ਕਹਿੰਦੇ CT100 ਮੋਟਰਸਾਈਕਲਾਂ ਦਾ ਜੇਤੂ ਖਿਡਾਰੀ ਹੈ CT100 ਮੋਟਰਸਾਈਕਲਾਂ ਦਾ ਜੇਤੂ ਖਿਡਾਰੀ ਫ੍ਰਿਜ ਕਹਿੰਦੇ 20,000 ਦੀ ਇਹ ਨੌਜਵਾਨ ਨੇ ਜਿੱਤੀ ਹੈ ਸਾਉਂਡ ਵਾਲਿਆ ਇੱਕ ਥਾਂ ਤੇ ਸਾਉਂਡ ਸੈੱਟ ਕਰਦੇ ਕਿਉਂਕਿ ਦੁਨੀਆ ਦੇ ਵਿੱਚ ਲਾਈਵ ਜਿਹੜਾ ਮੈਚ 365 kabaddi.com ਦੇ ਰਾਹੀਂ ਕਹਿੰਦੇ ਵੀ ਸਾਡੇ ਵਿਦੇਸ਼ੀ ਬੈਠੇ ਵੀਰ ਬਿੰਦਰ ਸਮਰਾ ਜੀ ਤੇ ਜੀਤਾ ਯੂਕੇ ਨਾਲ ਕਹਿੰਦੇ ਪ੍ਰਭ ਹੁਣੀ ਕਬੱਡੀ ਦੇ ਆਨੰਦ ਮਾਣ ਰਹੇ ਹੈ ਤੇ ਸਾਬੀ ਕਰਦਾ ਹੈ ਡੱਕਣ ਦੀ ਗੱਲ ਕਿ ਭਾਈਆਂ ਭਾਈਆਂ ਵਿੱਚ ਫਿੱਕ ਪਵਾਉਂਦੀ ਹੈ ਭਾਈਆਂ ਭਾਈਆਂ ਵਿੱਚ ਫਿੱਕ ਪਵਾਉਂਦੀ ਆ ਜਦ ਜਨਾਨੀ ਚਲਿੱਤਰ ਵਿਖਾਉਂਦੀ ਹੈ ਜਦ ਸ਼ਰੀਫ ਸ਼ਰਾਬ ਤੇ ਛੱਡ ਦਿੰਦਾ ਉਸ ਵੇਲੇ ਪਰਲੋ ਆਉਂਦੀ ਹੈ ਜੇ ਸਿਰ ਕਰਜੇ ਦੀ ਪੰਡ ਹੋਵੇ ਰਾਤਾਂ ਨੂੰ ਨੀਂਦ ਨਾ ਆਉਂਦੀ ਹੈ ਪਰਖੇ ਜਾਣ ਸੱਜਣ ਸੁੱਖਿਆ ਉਸ ਵੇਲੇ ਜਦੋਂ ਕਿਸੇ ਅਮੀਰ ਤੇ ਗਰੀਬੀ ਆਉਂਦੀ ਹੈ ਪਰਖੇ ਜਾਣ ਸੱਜਣ ਸੁੱਖਿਆ ਉਸ ਵੇਲੇ ਜਦੋਂ ਕਿਸੇ ਅਮੀਰ ਤੇ ਗਰੀਬੀ ਆਉਂਦੀ ਹੈ
ਆਪਾਂ ਵੱਡਾ ਧੰਨਵਾਦ ਕਰਦੇ ਹਾਂ ਪ੍ਰਦੀਪ ਹੁਣੀ ਸਾਡੇ ਭਰਾ ਕਬੱਡੀ 365 ਤੋਂ ਕਹਿੰਦੇ ਵੀ ਅੱਜ ਦੁਨੀਆ ਨੂੰ ਆਨੰਦ ਜਿਹੜਾ ਚੀਚੇ ਦੀ ਧਰਤੀ ਤੋਂ ਸਿੱਧਾ ਲਾਈਵ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਦਿਖਾ ਰਹੇ ਹੈ। ਪ੍ਰਦੀਪ ਸਾਡੇ ਵੀਰ ਤੇਰਾ ਵੀ ਧੰਨਵਾਦ ਹੈ। ਕਬੱਡੀ 365.com ਨਾ ਤਾਂ ਇਹੋ ਜਿਹੀ ਵੈਬਸਾਈਟ ਸੋਨੂੰ ਕਿਰਲਗੜੀਆ ਕੋਈ ਬਣੀ ਹੈ ਤੇ ਨਾ ਹੀ ਕੋਈ ਬਣਨੀ ਹੈ। ਲਓ ਸਾਹਮਣੇ ਉਧਰਲੇ ਪਾਸੇ ਨੈਲਾ ਬਗਿਆੜ, ਇਹ ਆ ਨੌਜਵਾਨ ਕਹਿੰਦੇ ਮਹਾਂਵੀਰ ਸਰਪੰਚ ਉਹਨਾਂ ਦਾ ਛੋਟਾ ਵੀਰ ਸੇਵਕ ਨੱਥੂਪੁਰ ਦੀ ਧਰਤੀ ਦਾ ਪਾ ਕਬੱਡੀ ਤੇ ਪੁਆਇੰਟ ਆਪਣੇ ਖਾਤੇ ਵਿੱਚ ਜੁੜ ਗਿਆ। ਸਾਡੇ ਸਰਦਾਰ ਕੁਲਦੀਪ ਸਿੰਘ ਜੀ ਉਹ ਵੀ ਵਿਸ਼ੇਸ਼ ਤੌਰ ਤੇ ਟੀਮ ਦੇ ਨਾਲ ਪੁੱਜੇ ਹੈ ਤੇ ਕਬੱਡੀ ਕਹਿੰਦੇ ਹੀਰਾ ਤਲਵੰਡੀ ਚੌਧਰੀਆਂ ਦੀ ਧਰਤੀ ਦਾ ਪਾਰਿਆ ਹੈ, ਹੀਰੇ ਦੀ ਪੈਂਦੀ ਕਬੱਡੀ। ਕਹਿੰਦੇ ਕਿਤਾਬ ਤਾਂ ਹਰ ਕੋਈ ਲੈ ਲੈਂਦਾ ਪਰ ਪੜ੍ਹਨਾ ਔਖਾ ਹੈ, ਮੰਜ਼ਿਲ ਵੀ ਰੱਬ ਦੇ ਦਿੰਦਾ ਪਰ ਖੜਨਾ ਔਖਾ ਹੈ, ਜਿਹੜਾ ਧਰਤੀ ਨੂੰ ਭੁੱਲਦਾ ਵਾ ਟਿਕਦਾ ਨਹੀਂ ਅਸਮਾਨ ਦੇ ਵਿੱਚ ਜਰਬਾਲਾ। ਮਿਹਨਤ ਬੜੀਆ ਕਰਨੀ ਪੈਂਦੀ, ਨਾ ਜੱਗ ਤੇ ਬਣਾਉਣਾ ਨਹੀਂ ਸਿਖਾਲਾ, ਨਾ ਜੱਗ ਤੇ ਬਣਾਉਣਾ ਨਹੀਂ ਸਿਖਾਲਾ। ਇਹ ਆ ਜੱਗਾ ਘਰਿੰਡੀ ਵਾਲਾ ਨੌਜਵਾਨ ਕਰਦਾ ਡੱਕਣ ਦੀ ਗੱਲ। ਮਹਾਂਪੁਰਸ਼ਾਂ ਦੀ ਟੀਮ ਸਤਲਾਣੀ ਸਾਹਿਬ ਦੀ ਟੀਮ ਦਾ ਕਹਿੰਦੇ ਸਿਰੇ ਦਾ ਖਿਡਾਰੀ ਹੈ, ਵਿੱਚ ਗਰਾਊਂਡਾਂ ਕਹਿੰਦੇ ਸੱਪ ਵਾਂਗੂ ਮੇਲਦਾ, ਜੀਓ ਵਾਲੇ ਦਾ ਮੰਨਾ ਮੁੰਡਾ ਕਹਿੰਦੇ ਕਬੱਡੀ ਪੂਰੀ ਜਾਨ ਨਾਲ ਖੇਡਦਾ। ਇਹ ਆ ਮੰਨਾ ਜੀਓ ਵਾਲੇ ਦੀ ਧਰਤੀ ਦਾ ਮੁੰਡਾ ਕਹਿੰਦੇ ਸੱਪ ਵਾਂਗੂ ਮੇਲਦਾ ਗਰਾਊਂਡਾਂ ਦੇ ਵਿੱਚ। ਉਧਰਲੇ ਪਾਸੇ ਕੀਪਾ ਨਹੀਂ ਰਿਸਾਂ ਬੱਲੇ 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 ਪੁਆਇੰਟ ਧਾਵੀ ਦਾ। ਜੇ ਮੈਚ ਦਾ ਸਵਾਦ ਆ ਰਿਹਾ ਤਾੜੀ ਮਾਰ ਕੇ ਦੱਸੋ ਮੇਰੇ ਵੀਰ, ਮੈਚ ਦਾ ਸਵਾਦ ਆ ਰਿਹਾ। ਸਾਡੇ ਕੁਸ਼ਤੀ ਦੇ ਕੋਚ ਨੇ ਬਲਕਾਰ ਪਹਿਲਵਾਨ ਜੀ ਤੱਤਲਾਂ ਵਾਲੇ, ਆਪਾਂ ਵੱਡਾ ਧੰਨਵਾਦ ਕਰਦੇ ਹਾਂ ਕੁਸ਼ਤੀ ਦੇ ਕੋਚ ਨੇ ਸਾਡੇ ਬਲਕਾਰ ਪਹਿਲਵਾਨ ਜੀ ਤੱਤਲਾਂ ਵਾਲੇ। ਯੱਗੇ ਭੁੱਸਿਆਂ ਵਾਲੇ ਨੂੰ ਜਿਹੜਾ ਯੱਫਾ ਲਾਊਗਾ ਪ੍ਰਭ ਯੂਕੇ ਕਹਿੰਦੇ 1000 ਰੁਪਈਆ ਸਾਡੇ ਵੱਲ ਆਊਗਾ। ਯੱਗੇ ਭੁੱਸਿਆਂ ਵਾਲੇ ਨੂੰ ਜਿਹੜਾ ਯੱਫਾ ਭਰਦਾ ਲੈ ਵੀ ਸੁੱਖ। ਤਿੰਨਾਂ ਕਬੱਡੀਆਂ ਤੇ ਪੈਸੇ ਲੱਗਣਗੇ, ਕਬੱਡੀ ਦੇ ਰੂਲ ਨੇ, ਕਬੱਡੀ ਦੇ ਨਿਯਮ ਨੇ। ਜੇ ਤਿੰਨਾਂ ਕਬੱਡੀਆਂ ਤੇ ਯੱਗਿਆ ਯੱਫਾ ਨਹੀਂ ਲੱਗਦਾ ਤੇ ਸੁੱਖ ਆਪਾਂ 1500 ਦਵਾਵਾਂਗੇ, ਕਿਉਂਕਿ ਯੂਕੇ ਦੇ ਵਿੱਚ ਮਾਇਆ ਬਹੁਤ ਮਿਲਦੀ ਸਾਡੇ ਭਰਾ ਨੂੰ। ਪ੍ਰਭ ਯੂਕੇ ਜੀ ਕਹਿੰਦੇ ਵੀ ਇਸ ਪਰਿਵਾਰ ਦੇ ਉੱਤੇ ਵੀ ਪ੍ਰਮਾਤਮਾ ਦੀ ਪੂਰੀ ਕਿਰਪਾ। ਜੇ ਪ੍ਰਭ ਜੀ ਯੱਫਾ ਕਹਿੰਦੇ ਵੀ ਯੱਗੇ ਭੁੱਸਿਆਂ ਵਾਲੇ ਨੂੰ ਤਿੰਨਾਂ ਦੇ ਵਿੱਚ ਨਹੀਂ ਲੱਗਦਾ ਤੇ 1500 ਦੇਵਾਂਗੇ, ਕਿਉਂਕਿ ਤੁਹਾਡੇ ਏਰੀਏ ਦਾ ਕਬੱਡੀ ਦਾ ਕਹਿੰਦੇ ਸਿਰੇ ਦਾ ਖਿਡਾਰੀ ਹੈ। ਇਹ ਆ ਧਰਮਿੰਦਰ, ਧਰਮਿੰਦਰਾ ਨੌਜਵਾਨ ਵੱਟ ਤਿਆਰੀ ਗੱਭਰੂ ਹੈ ਸੁਰ ਸਿੰਘ ਪ੍ਰਤਾਪ ਨੂੰ ਇਹ ਨੌਜਵਾਨ ਨੇ ਚੁੰਗ ਦੀ ਧਰਤੀ ਤੇ ਤਵੜਾ ਜੱਫਾ ਭਰਿਆ। ਆਪਾਂ ਤੱਕਾਂਗੇ ਕਬੱਡੀ ਦੇ ਖੇਡ ਮੈਦਾਨ ਅੰਦਰ। ਪ੍ਰਗਟ ਲਵਲਾਨ ਉਹਨਾਂ ਦਾ ਵੀਰ ਕਹਿੰਦੇ ਕਬੱਡੀ ਹੀਰਾ ਦੌਕੇ ਦੀ ਧਰਤੀ ਦਾ ਪਾਰਿਆ ਹੈ ਕਿ ਖੜ ਖੜ ਵਹਿੰਦੇ ਲੋਕੀ ਸਾਨ ਜੱਟ ਨੂੰ, ਆਉਂਦੇ ਯਾਰ ਠੱਲਣੇ ਤੂਫਾਨ ਜੱਟ ਨੂੰ। ਇਹ ਆ ਰਾਣਾ ਕਹਿੰਦੇ ਤੂਫਾਨ ਠੱਲਣੇ ਆਉਂਦੇ ਆ ਜੱਟ ਨੂੰ। ਫੌਜੀ ਭੋਲੇ ਕਿਆਂ ਵਾਲਾ ਕਹਿੰਦੇ ਐਸ ਪਿੰਡ ਦਾ ਭਾਣਜਾ ਹੈ। ਗੋਲੇ ਪਲਵਾਨ ਨੇ ਕਹਿੰਦੇ ਹੈ ਵੀ ਜਿਹੜਾ ਯਾਫੀ ਜੱਫਾ ਭਰੂਗਾ ਤਿੰਨਾਂ ਕਬੱਡੀਆਂ ਤੇ 500 ਤੇ ਨਹੀਂ ਤੇ ਫਿਰ ਫੌਜੀ ਦਾ। ਕੋਈ ਪਿੰਡ ਨਾਨਕੇ ਪੜ੍ਹਦਾ ਮਸ਼ੂਕ ਨੂੰ ਭੂਆ ਕੋਲ ਪੜਾਉਂਦਾ, ਕੋਈ ਫੱਤੋ ਦੇ ਬਹੁਤੇ ਯਾਰ ਦੱਸਦਾ ਦਿਲ ਦੀ ਪ੍ਰਪੋਜ ਬਣਾਉਂਦਾ। ਇਹ ਗੱਭਰੂ ਸਾਰੇ ਪੜ ਦਿੱਤੇ ਕਹਿੰਦੇ ਗੀਤਾਂ ਵਾਲੀ ਦਿਨਾਲੀ ਨੇ, ਬਾਕੀ ਰਹਿੰਦੇ ਖੁੰਦੇ ਪੜ ਦਿੱਤੇ ਹੁਣ ਪਿੰਕੀ ਮੋਕੇ ਵਾਲੀ ਨੇ। ਗੁਰਵਿੰਦਰ ਸਿੰਘ ਨਹੀਂ ਰਿਸਾਂ ਬੱਲੇ ਬੱਲੇ ਕਬੱਡੀ ਦੇ ਫਿਰ ਮੈਦਾਨ ਅੰਦਰ ਹੋਈ ਪਈ ਹੈ। ਬੱਲੇ 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 ਹੁਰ 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 ਉਧਰ ਸੇਵਕ ਨੱਥੂਪੁਰ ਦੀਆਂ ਤਿੰਨਾਂ ਕਬੱਡੀਆਂ ਸਾਡੇ ਗੁਰਵਿੰਦਰ ਪ੍ਰਧਾਨ ਜੀ ਕਹਿੰਦੇ 500 ਹੈ, ਇਹ ਯੱਫਾ ਲੱਗਦਾ ਯਾਫੀ ਦਾ ਨਹੀਂ ਤੇ ਤਾਵੀ ਦਾ। ਸਾਡੇ ਸਰਦਾਰ ਮਨਜੀਤ ਸਿੰਘ ਜੀ ਸਰਕਾਰੀਆ ਕੋਟ ਖਾਲਸੇ ਤੋਂ ਵਿਸ਼ੇਸ਼ ਤੌਰ ਤੇ ਪੁੱਜੇ ਹੈ, ਵੱਡਾ ਮਾਨ ਸਨਮਾਨ ਵੀ ਬੋਲਾਂ ਤੋਂ ਖੁਸ਼ ਹੋ ਕੇ ਭੇਜਿਆ। ਇਧਰਲੇ ਪਾਸੇ ਯਾਰਾਂ ਦੇ ਯਾਰ ਕਹਿੰਦੇ ਸਰਦਾਰ ਗੁਰਪ੍ਰਤਾਪ ਸਿੰਘ ਹੁਣੀ ਬੈਠੇ, ਵੱਡਾ ਧੰਨਵਾਦ ਕਰਦੇ ਹਾਂ। ਲਓ ਸਾਹਮਣੇ ਗੋਪੀ ਕਬੱਡੀ ਖੇਡ ਦੇ ਮੈਦਾਨ ਵਿੱਚ ਪਾਉਣ ਦੇ ਲਈ ਵਾਧਾ। ਪ੍ਰਭ ਯੂਕੇ ਕਹਿੰਦਾ ਵੀ ਯੱਗੇ ਦੀਆਂ ਤਿੰਨਾਂ ਕਬੱਡੀਆਂ ਤੇ 1000 ਹੈ ਤੇ ਜੇ ਯੱਗਿਆ ਯੱਫਾ ਨਹੀਂ ਖਾਂਦਾ ਤੇ 500 ਮੈਂ ਦਵਾਉਂ ਤੈਨੂੰ ਨੌਜਵਾਨ। 1500 ਰੁਪਈਏ ਦਾ ਯੱਫਾ ਕੁਲਦੀਪ ਨੇ ਭਰ ਦਿੱਤਾ। ਸੁੱਖ ਜੀ ਜਿਹਨਾਂ ਜਿਹਨਾਂ ਵੀਰਾਂ ਨੇ ਪੈਸੇ ਲਾਏ ਸੀ ਆਪਾਂ ਕੁਲਦੀਪ ਤੱਕ ਪਹੁੰਚਦੇ ਕਰ ਦਈਏ। 500 ਰੁਪਈਆ ਸਾਡੇ ਭਰਾ ਸੁੱਖ ਵੱਲੋਂ ਤੇ 500 ਸਾਡੇ ਵੀਰ ਰਣਜੀਤ ਮੈਂਬਰ ਉਹਨਾਂ ਵੱਲੋਂ ਤੇ ਇਹਦੇ ਪਾਸੇ ਸਮਰਾ ਸਾਹਿਬ ਇਹਨਾਂ ਵੱਲੋਂ 500 ਹੈ।
ਜਸਮਾਲ ਸਿੰਘ ਜੀ ਨੰਬਰਦਾਰ ਸਾਹਿਬ ਕਹਿੰਦੇ ਜੱਗੇ ਭੋਸਿਆਂ ਵਾਲੇ ਦੀ ਹਰੇਕ ਕਬੱਡੀ ਤੇ 100 ਰੁਪਈਆ, ਹਰੇਕ ਕਬੱਡੀ ਤੇ 100 ਰੁਪਈਆ ਤੇ ਪਾਣੀ ਖੇਡ ਦੇ ਮੈਦਾਨ ਵਿੱਚ ਪੁੱਜਦਾ ਕਰ ਦਿਓ ਮੇਰੇ ਵੀਰ, ਪਾਣੀ ਖੇਡ ਦੇ ਮੈਦਾਨ ਵਿੱਚ ਪੁੱਜਦਾ ਕਰ ਦਿਓ। ਸਾਡੇ ਪ੍ਰਗਟ ਲਵਲਾਨ ਜੀ ਕਹਿੰਦੇ ਮਿੱਤਰਾਂ ਦੀ ਦੁਨੀਆਂ ਦੇ ਵਿੱਚੋਂ ਬੜੇ ਪਿਆਰੇ ਮਿੱਤਰ ਹੈ ਤੇ ਆਪਣੇ ਪਿੰਡ ਕਹਿੰਦੇ ਸੱਦੇ 11 ਨੂੰ ਦੇ ਰਹੇ ਹੈ, ਕਹਿੰਦੇ ਵੀ ਜਿੰਨੇ ਇਹ ਗੋਲਾ ਭਰਦਾ ਉਹਨੇ 500 ਦੇ ਨੋਟ, 500 ਦੇ ਨੋਟ ਨਹੀਂ ਰਿਸਾਂ ਬੱਲੇ ਬੱਲੇ ਹੋਈ ਪਈ ਹੈ। ਇਹ ਆ ਜੱਗਾ ਕਰਿੰਡੀ ਦਾ ਤੇ ਹੀਰਾ ਤਲਵੰਡੀ ਚੌਧਰੀਆਂ ਦਾ ਭੱਜਿਆ ਜਾ ਰਿਹਾ ਹੈ। ਪੁਆਇੰਟ ਕਹਿੰਦੇ ਤਾਵੀ ਦੇ ਖਾਤੇ ਵਿੱਚ ਜੁੜ ਗਿਆ ਹੈ। ਔਰ ਸਾਹਮਣੇ ਕਬੱਡੀ ਕਹਿੰਦੇ ਸੇਵਕ ਨੱਥੂਪੁਰੇ ਦੀ ਧਰਤੀ ਦਾ ਪਾ ਰਿਹਾ, ਇਹ ਨੌਜਵਾਨ ਤੋਂ ਵੀ ਨੋਟਾਂ ਦੀ ਵਰਖਾ ਚੋਣੀ ਹੈ, ਇਹ ਮੁੰਡੇ ਦੀਆਂ ਕਬੱਡੀਆਂ ਤੇ ਵੀ 500 ਦੇ ਨੋਟ ਲੱਗੇ ਹੈ। ਲਓ ਸਾਹਮਣੇ ਚਾਰ ਜਾਫੀਆਂ ਤੇ ਕਬੱਡੀ ਪੈ ਰਹੀ ਹੈ, ਨੈਲਿਆ ਅਸ਼ਵਰਿਆ ਰਾਏ ਨੇ ਭੰਗੜਾ ਪਾਇਆ ਨੌਜਵਾਨ, ਪਰ ਕਹਿੰਦੇ ਇਹ ਸਰਦਾਰ ਮਹਾਂਵੀਰ ਸਿੰਘ ਜੀ ਸਰਪੰਚ ਉਹਨਾਂ ਦਾ ਭਰਾ, ਪੁਆਇੰਟ ਕਹਿੰਦੇ ਤਾਵੀ ਦੇ ਖਾਤੇ ਵਿੱਚ ਜੁੜ ਗਏ ਹੈ, ਲੱਖਾਂ ਜਾਂ ਪੁਆਇੰਟ ਤਾਵੀ ਦਾ। ਸਾਡੇ ਬਿੰਦਰ ਸਮਰਾ ਜੀ ਯੂਕੇ ਨਾਲ ਜੀਤਾ ਯੂਕੇ ਜੀ, ਆਪਾਂ ਵੱਡਾ ਧੰਨਵਾਦ ਕਰਦੇ ਹਾਂ ਪ੍ਰਭ ਯੂਕੇ ਜੀ। ਸਾਡੇ ਸਰਦਾਰ ਅਜਮੇਰ ਸਿੰਘ ਜੀ ਮੀਤ ਪੁਰੀਆ ਕਹਿੰਦੇ ਵੀ ਬਹੁਤ ਵੱਡੇ ਮਾਨ ਸਨਮਾਨ ਮਹਾਂਪੁਰਸ਼, ਬਾਬਾ ਨੌ ਨਿਹਾਲ ਸਿੰਘ ਜੀ ਤੇ ਬਾਬਾ ਗੁਰਪਿੰਦਰ ਸਿੰਘ ਜੀ ਸਤਲਾਣੀ ਸਾਹਿਬ ਵਾਲਿਆਂ ਦੀ ਚੜ੍ਹਦੀ ਕਲਾ ਵਾਸਤੇ ਵੱਡੇ ਮਾਨ ਸਨਮਾਨ 500 ਰੁਪਏ ਦੇ ਬੋਲਾਂ ਤੋਂ ਖੁਸ਼ ਹੋ ਕੇ ਪੁੱਜੇ ਹੈ, ਆਪਾਂ ਧੰਨਵਾਦ ਕਰਦੇ ਹਾਂ। ਬਾਬਾ ਮਹਾਰਾਜ ਸ਼ਾਹ ਜੀ ਦੇ ਕਹਿੰਦੇ ਸਲਾਨਾ ਜੋੜ ਮੇਲਿਆਂ ਤੇ ਰੌਣਕਾਂ ਲੱਗੀਆਂ। ਸਾਡੇ ਸਰਦਾਰ ਪਰਮਿੰਦਰ ਸਿੰਘ ਜੀ ਦੁਬਈ, ਸਰਦਾਰ ਮਿਲਖਾ ਸਿੰਘ ਜੀ ਦੁਬਈ, ਸਾਡੇ ਸਰਦਾਰ ਕਮਲਜੀਤ ਸਿੰਘ ਜੀ ਦਿਓਲ ਜਰਮਨ, ਸਾਡੇ ਸੋਢੀ ਸੈਦਪੁਰ ਜੀ ਸੱਤਾ ਤੇ ਨਾਲ ਸਾਡੇ ਜੱਸੀ ਲੌਕੇ ਜੀ, ਸਾਡੇ ਸਰਦਾਰ ਨਿਸ਼ਾਨ ਸਿੰਘ ਜੀ ਆਪਾਂ ਵੱਡਾ ਧੰਨਵਾਦ ਕਰਦੇ ਹਾਂ। ਜਿੰਨੇ ਵੀ ਸਾਡੇ ਭਰਾ, ਸਾਡੇ ਸੋਨਾ ਜਾਲੀ ਜੀ ਉਸ ਪਰਿਵਾਰ ਵੱਲੋਂ ਵੀ 500 ਦੇ ਨੋਟ ਪੁੱਜੇ ਹੈ, ਸੁੱਖ ਬੁੱਗੜ ਸਾਡਾ ਵੀਰ ਹੈ, ਆਪਾਂ ਉਸ ਭਰਾ ਦਾ ਵੀ ਵੱਡਾ ਧੰਨਵਾਦ ਕਰਦੇ। ਮੰਟੀ ਜਟੌਲ ਜੀ ਨਹੀਂ ਰੀਸਾਂ, ਇਹ ਆ ਧਰਮਿੰਦਰ, ਧਰਮਿੰਦਰ, ਧਰਮਿੰਦਰ ਹਵੇਲੀਆਂ ਦੀ ਧਰਤੀ ਦਾ ਨਹੀਂ ਰੀਸਾਂ ਬੱਲੇ ਬੱਲੇ ਹੋ ਗਈ ਹੈ ਕਿ ਖੜ ਖੜ ਵਹਿੰਦੇ ਲੋਕੀ ਸਾਨ ਜੱਟ ਨੂੰ, ਆਉਂਦੇ ਯਾਰੋ ਫੱਲਣੇ ਤੂਫਾਨ ਜੱਟ ਨੂੰ, ਆਉਂਦੇ ਯਾਰੋ ਫੱਲਣੇ ਤੂਫਾਨ ਜੱਟ ਨੂੰ। ਉਧਰਲੇ ਪਾਸੇ ਸਾਡੇ ਲਾਡੀ ਸਰਪੰਚ ਜੀ ਬਹੁਤ ਵੱਡਾ ਮਾਨ ਸਨਮਾਨ ਬੋਲਾਂ ਤੋਂ ਖੁਸ਼ ਹੋ ਕੇ ਭੇਜਦੇ ਹੈ, ਸਾਡੇ ਲਾਡੀ ਸਰਪੰਚ ਜੀ ਬਹੁਤ ਵੱਡਾ ਮਾਨ ਸਨਮਾਨ ਬੋਲਾਂ ਤੋਂ ਖੁਸ਼ ਹੋ ਕੇ ਭੇਜਦੇ ਹੈ, ਵੱਡਾ ਧੰਨਵਾਦ ਹੈ। ਹੀਰਾ ਤੌਕਿਆਂ ਦੀ ਧਰਤੀ ਦਾ ਪ੍ਰਗਟ ਉਹਨਾਂ ਦਾ ਵੀਰ ਕਬੱਡੀ ਪਾ ਰਿਹਾ ਦਲਬਾਗ, ਮੇਰੇ ਵੀਰ ਦੇ ਇਸ਼ਾਰਾ, ਇਹ ਕਬੱਡੀ ਦੇ ਕਹਿੰਦੇ ਮਹਾਨ ਕੋਚ ਨੇ ਦਲਬਾਗ ਘਰਿਆਲਾ ਜੀ, ਸ਼ੇਰਾ ਟਾਰੀ ਜੀ, ਬਲਕਾਰਾ ਬੰਨ ਜੀ, ਨਿਸ਼ਾਨ ਗੱਗੂ ਬੂਹੇ ਵਾਲਾ ਵੀ ਪੁੱਜਿਆ, ਉਹ ਭਰਾ ਦਾ ਵੀ ਵੱਡਾ ਧੰਨਵਾਦ ਹੈ। ਉਧਰਲੇ ਪਾਸੇ ਵੱਡਾ ਧੰਨਵਾਦ ਕਰਦੇ ਹਾਂ ਸਾਡਾ ਵੀਰ ਬਲਜੀਤ ਸਿੰਘ ਜੀ ਪ੍ਰਧਾਨ, ਕਹਿੰਦੇ ਵੀ ਉਹ ਵੀਰਵਾਰ ਨੇ ਫੁੱਟਬਾਲ ਦਾ ਵੀ ਟੂਰਨਾਮੈਂਟ ਕਰਵਾਇਆ ਤੇ ਕਬੱਡੀ ਦਾ ਵੀ ਕਹਿੰਦੇ ਸਿਰੇ ਦੇ ਦੋ ਮੈਚ ਕਰਾਏ ਹੈ, ਸਾਡੇ ਬਲਜੀਤ ਸਿੰਘ ਜੀ ਪ੍ਰਧਾਨ ਸਾਹਿਬ ਆਪਾਂ ਉਹਨਾਂ ਦਾ ਵੀ ਵੱਡਾ ਧੰਨਵਾਦ ਕਰਦੇ ਹਾਂ। ਚੀਚੇ ਦੇ ਲੋਕ ਕਹਿੰਦੇ ਕਬੱਡੀ ਦੇ ਦੀਵਾਨੇ, ਕਬੱਡੀ ਦੇ ਛਡਾਈ ਨੇ। ਲਓ ਸਾਹਮਣੇ ਪ੍ਰਭ ਯੂਕੇ ਜੀ ਕਬੱਡੀ ਕਹਿੰਦੇ ਯੱਗੇ ਭੋਸਿਆਂ ਵਾਲੇ ਦੀ ਤੇ ਰਾਜਾ ਸਿੰਘ ਜੀ ਕਿੰਗ, ਪੁਆਇੰਟ ਤਾਵੀ ਦੇ ਖਾਤੇ ਜੁੜ ਗਿਆ, ਲੈ ਵੀ ਸੁੱਖ ਰੌਣਕਾਂ ਪੂਰੀਆਂ ਲੱਗੀਆਂ। ਦੇਖ ਲੈ ਵੀ ਸਾਹਮਣੇ ਟਰੈਕਟਰ ਟਰਾਲੀਆਂ ਵੀ ਖੜੇ ਹੈ ਕਿ ਚੰਡੀਗੜ੍ਹ ਵਾਲੀਏ ਨੀ ਮਾਨ ਨਾ ਕਰੀ, ਲਾਗੇ ਯਾਰੀ ਸਾਡੇ ਨਾਲ ਸਹਾਨ ਨਾ ਕਰੀ, ਸਾਡਾ ਬਾਪੂ ਦਿੰਦਾ ਪੂਰੀ ਖੁੱਲ ਬੱਲੀਏ, ਭਾਵੇਂ ਕੱਦ ਛੋਟਾ ਤੇਰੇ ਡੈਡ ਦੇ ਵਪਾਰ ਤੋਂ, ਜੱਟਾਂ ਦੀ ਟਰਾਲੀ ਬਣੇ 3 ਲੱਖ ਦੀ ਕਿਤੇ ਮਹਿੰਗੀ ਵੱਲੋਂ ਤੇਰੀ ਨੈਣੋ ਕਾਰ ਤੋਂ, ਜੇ ਟਰਾਲੀ ਵਾਕਿਆ ਨੈਣੋ ਕਾਰ ਤੋਂ ਮਹਿੰਗੀ ਆ ਤਾੜੀ ਮਾਰ ਕੇ ਦੱਸੋ ਇੱਕ ਵਾਰੀ ਕਿ ਜੱਟਾਂ ਦੀ ਟਰਾਲੀ ਬਣੇ 3 ਲੱਖ ਦੀ ਕਿਤੇ ਮਹਿੰਗੀ ਤੇਰੀ ਨੈਣੋ ਕਾਰ ਤੋਂ। ਅਸ਼ਵਰਿਆ ਰਾਏ ਨੇ ਭੰਗੜਾ ਕਹਿੰਦੇ ਆਹ ਮੁੰਡੇ ਦੇ ਯਫਿਆਂ ਤੇ ਪਾਇਆ, ਇਹ ਹੈ ਨੱਲਾ ਬਘਿਆੜ ਤੇ ਛਿੰਟੂ ਦਾ ਮੁਕਾਬਲਾ ਪੂਰਾ ਸਖਤ ਹੈ। ਉਹ ਜੇ ਸਵਾਦ ਆ ਰਿਹਾ ਲਲਕਾਰਾ ਮਾਰ ਕੇ ਦੱਸੋ ਤੋਰੀ, ਲਲਕਾਰਾ ਮਾਰ ਕੇ ਦੱਸਿਓ, ਵੇਖੋ ਪ੍ਰਭ ਯੂਕੇ ਜੀ ਵੀ ਲਲਕਾਰੇ ਅੱਜ ਤੁਹਾਡੇ ਪਿੰਡ ਦੇ ਵਿੱਚ ਵੱਜਣ ਦੇ, ਇਹ ਸਾਰੀ ਕਿਰਪਾ ਕਹਿੰਦੇ ਸਾਡੇ ਬਿੰਦਰ ਸਮਰਾ ਜੀ ਯੂਕੇ ਉਹਨਾਂ ਦੀ, ਜੀਤਾ ਯੂਕੇ ਜੀ ਤੇ ਨਗਰ ਪੰਚਾਇਤ ਤੇ ਨਗਰ ਨਿਵਾਸੀਆਂ ਦਾ ਵੱਡਾ ਸਹਿਯੋਗ ਹੈ ਵੀ ਅੱਜ ਰੌਣਕਾਂ ਜਿਹੜੀਆਂ ਕਬੱਡੀ ਦੇ ਖੇਡ ਮੈਦਾਨ ਅੰਦਰ ਲੱਗ ਰਹੀਆਂ, ਹੀਰਾ ਕਬੱਡੀ ਖੇਡ ਦੇ ਮੈਦਾਨ ਵਿੱਚ ਪਾਉਣ ਦੇ ਲਈ ਵੱਧ ਹੈ ਕਿ ਖਾਲੀ ਕੋੜੀ ਹਿਣਕਦੀ ਉੱਤੇ ਨੀ ਦੀ ਦਾ ਵੀਰ, ਭੈਣ ਉਡੀਕਾਂ ਕਰੇ ਮਿਰਜਿਆ ਕੌਣ ਬਣਾਵੇ ਤੀਰ, ਭੈਣ ਉਡੀਕਾਂ ਕਰੇ ਮਿਰਜਿਆ ਕੌਣ ਬਣਾਵੇ ਤੀਰ, ਗੋਪੀ ਟਿੱਬੀ ਵਾਲਾ ਕਿ ਹੱਥ ਬੜੇ ਪੱਕੇ ਕਹਿੰਦੇ ਟਿੱਬੀ ਵਾਲੇ ਗੋਪੀ ਦੇ, ਤਾ ਲੈਂਦਾ ਤਾਵੀ ਜੋ ਖਵਾਉਂਦੇ ਪੂਰੇ ਚੋਟੀ ਦੇ, ਤਾ ਲੈਂਦਾ ਤਾਵੀ ਜੋ ਖਵਾਉਂਦੇ ਪੂਰੇ ਚੋਟੀ ਦੇ, ਕਹਿੰਦੇ ਚੋਟੀ ਚੋਟੀ ਦੇ ਤਾਵੀ ਨੌਜਵਾਨ ਨੇ ਡੱਕ ਕੇ ਦਿਖਾਏ ਹੈ
ਤੇ ਆ ਖਿਡਾਰੀ ਦਾ ਕਹਿੰਦੇ ਗੋਪੀ ਦੇ ਨਾਲ ਭਰਾਵਾਂ ਵਾਲਾ ਪਿਆਰ ਹੈ। ਅੱਜ ਕਹਿੰਦੇ ਯਾਰੀਆਂ ਪਗਾਉਣ ਵਾਸਤੇ ਗੋਪੀ ਕਹਿਰੋਂ ਪੁੱਜਿਆ। ਸਾਡੇ ਬਲਜੀਤ ਸਿੰਘ ਜੀ ਕਲੱਬ ਦੇ ਪ੍ਰਧਾਨ ਨੇ, ਆਪਾਂ ਉਸ ਭਰਾ ਦਾ ਵੀ ਵੱਡਾ ਸਤਿਕਾਰ ਕਰਦੇ ਹਾਂ। ਸਾਡੇ ਡਾਕਟਰ ਸੇਵਕ ਨੱਥੂ ਭਰਾ ਜੀ, ਸਾਡੇ ਸੋਨਾ ਜਾਲੀ ਜੀ ਤੇ ਮਹਾਂਪੁਰਸ਼ ਬਾਬਾ ਗੁਰਪਿੰਦਰ ਸਿੰਘ ਜੀ ਸਤਲਾਣੀ ਸਾਹਿਬ ਵਾਲੇ, ਉਹਨਾਂ ਵੱਲੋਂ ਬਹੁਤ ਵੱਡਾ ਮਾਨ ਸੁਣਨ ਪੁੱਜਿਆ। ਆਪਾਂ ਵੱਡਾ ਧੰਨਵਾਦ ਕਰਦੇ ਹਾਂ, ਵੱਡਾ ਧੰਨਵਾਦ ਕੀਤਾ ਜਾਂਦਾ ਮਹਾਂਪੁਰਸ਼ਾਂ ਦਾ। ਸਾਡੇ ਬਾਬਾ ਇੰਦਰਵੀਰ ਸਿੰਘ ਜੀ ਵਡਾਲਾ ਵੀ ਮਹਾਂਪੁਰਸ਼ਾਂ ਦੇ ਨਾਲ ਪੁੱਜੇ ਆ, ਵੱਡਾ ਧੰਨਵਾਦ ਕੀਤਾ ਜਾਂਦਾ, ਵੱਡਾ ਧੰਨਵਾਦ ਮਹਾਂਪੁਰਸ਼ਾਂ ਦਾ। ਨਾਲ ਕਹਿੰਦੇ ਵੀ ਮਹਾਂਪੁਰਸ਼ ਜੀ ਇੱਥੇ ਪੁੱਜੇ ਆ, ਉੱਥੇ ਮਹਾਂਪੁਰਸ਼ਾਂ ਦੇ ਨਾਲ ਬਾਬਾ ਇੰਦਰਵੀਰ ਸਿੰਘ ਜੀ ਵਡਾਲਾ ਵੀ ਪੁੱਜੇ, ਆਪਾਂ ਵੱਡਾ ਧੰਨਵਾਦ ਕਰਦੇ ਹਾਂ। ਕੁਲਦੀਪ ਸਿੰਘ ਨੰਬਰਦਾਰ, ਗੁਰਮੇਜ ਸਿੰਘ ਨੰਬਰਦਾਰ, ਸਾਡੇ ਸਰਦਾਰ ਬਲਜੀਤ ਸਿੰਘ ਜੀ ਪ੍ਰਧਾਨ ਤੇ ਸ਼ੁਭ ਚੀਚਾ ਜੀ ਵੱਡੇ ਮਾਨ ਸੁਣਨ ਬੋਲਾਂ ਤੋਂ ਖੁਸ਼ ਹੋ ਕੇ ਭੇਜਦੇ ਆ। ਸਾਡੇ ਸਰਦਾਰ ਬਲਜੀਤ ਸਿੰਘ ਜੀ ਪ੍ਰਧਾਨ ਸ਼ੁਭ ਚੀਚਾ ਜੀ, ਲਓ ਸਾਹਮਣੇ ਸੁੱਖ ਮੇਰੇ ਵੀਰ, ਲਿਆ ਗੁਰਜ ਕੱਢ ਕੇ, ਲਿਆ ਗੁਰਜ ਕੱਢ ਕੇ। ਨਾਲ ਮਹਾਂਪੁਰਸ਼ ਪੁੱਜਣਗੇ, ਮਹਾਂਪੁਰਸ਼ ਬਾਬਾ ਗੁਰਪਿੰਦਰ ਸਿੰਘ ਜੀ ਤੇ ਨਾਲ ਸਾਡੇ ਮਹਾਂਪੁਰਸ਼ ਬਾਬਾ ਨੌ ਨਿਹਾਲ ਸਿੰਘ ਜੀ ਪੁੱਜਣਗੇ। ਸਾਡੇ ਸਰਦਾਰ ਸੁਖਦੇਵ ਸਿੰਘ ਜੀ ਸਰਪੰਚ ਸਾਹਿਬ ਨੇ ਜਾਲੀ, ਉਹ ਵੀ ਨਾਲ ਆਉਣਗੇ, ਆਪਾਂ ਵੱਡਾ ਧੰਨਵਾਦ ਕਰਦੇ ਹਾਂ। ਸਾਡੇ ਠੀਕ ਹੈ ਸੁੱਖ ਜੀ, ਆਪਾਂ ਵਿਚਕਾਰ ਲੈ ਜਾਈਏ। ਜੱਗਾ ਭੋਸਿਆਂ ਵਾਲਾ ਕਹਿੰਦੇ ਆ ਏਰੀਏ ਦਾ ਕਬੱਡੀ ਦਾ ਸਭ ਤੋਂ ਵੱਡਾ ਮੱਲ ਹੈ, ਸਭ ਤੋਂ ਵੱਡਾ ਮੱਲ ਹੈ। ਨਿਸ਼ਾਨ ਗੱਗੂ ਬੂਏ ਦਾ ਵਿਸ਼ੇਸ਼ ਤੌਰ ਤੇ ਪੁੱਜਿਆ। ਇਹ ਵੀ ਕਹਿੰਦੇ ਕਲਮ ਦਾ ਧਨੀ ਹੈ ਕਿ ਜਿਸ ਪੰਜਾਬ ਨੂੰ ਸੋਨੇ ਦੀ ਚਿੜੀ ਕਹਿੰਦੇ, ਉਹਨੂੰ ਅਮਲੀਆਂ ਦੀ ਚਿੜੀ ਹੁਣ ਕਹਿਣ ਲੱਗ ਪਏ। ਇਸ ਧਰਤੀ ਤੇ ਗੱਭਰੂ ਪੁੱਤ ਮਾਪਿਆਂ ਦੇ ਗੁੱਟ ਨਸ਼ੇ ਦੇ ਵਿੱਚ ਰਹਿਣ ਲੱਗ ਪਏ, ਕਰਨ ਚੋਰੀਆਂ ਨਸ਼ੇ ਲਈ ਲਾਉਣ ਡਾਕੇ, ਇਹ ਉਲਟੀ ਬਾਣੀ ਬਹਿਣ ਲੱਗ ਪਏ। ਗੱਲ ਸੋਨੇ ਦੇ ਗਹਿਣਿਆਂ ਦੀ ਇੱਕ ਪਾਸੇ, ਪਟੇ ਹੁਣ ਕੁੱਤਿਆਂ ਦੇ ਗੱਲਾਂ ਚੋਂ ਲੈਣ ਲੱਗ ਪਏ ਕਿ ਨਾਦਰ ਸ਼ਾਹ ਨੂੰ ਨਿਸ਼ਾਨ ਜਿਹਨਾਂ ਲੁੱਟਣੋਂ ਰੋਕਿਆ ਸੀ, ਗੱਗੋ ਬੂਹੇ ਵਾਲਾ ਕਹਿੰਦਾ ਹੁਣ ਆਪ ਲੋਕਾਂ ਨੂੰ ਲੁੱਟਣ ਪੈਣ ਲੱਗ ਪਏ। ਉਧਰਲੇ ਪਾਸੇ ਮਾਨ ਸਨਮਾਨ ਕਹਿੰਦੇ ਪ੍ਰਭ ਯੂਕੇ ਵੱਲੋਂ ਕੀਤੇ ਜਾ ਰਹੇ ਆ, ਸੁੱਖ ਹੋਣੀ ਸਾਡੇ ਭਰਾ ਤੇ ਨਾਲ ਗੋਲਾ ਭਲਵਾਨ ਜੀ, ਰਣਜੀਤ ਸਿੰਘ ਜੀ ਮੈਂਬਰ ਪੰਚਾਇਤ ਨੇ। ਉਧਰਲੇ ਪਾਸੇ ਸੋਨੋ ਕਿਰਲਗੜੀ ਹੈ, ਉਹ ਸਾਡਾ ਵੀਰ ਕਹਿੰਦੇ ਕਲਮ ਦਾ ਤਨੀ ਵਿਸ਼ੇਸ਼ ਤੌਰ ਤੇ ਪੁੱਜਿਆ। ਡਾਕਟਰ ਸਾਡੇ ਸਰਦਾਰ ਮਨਦੀਪ ਸਿੰਘ ਜੀ ਉਧਰਲੇ ਪਾਸੇ ਕਹਿੰਦੇ ਪੰਜਾਬ ਪੁਲਿਸ ਦੀ ਸਤਿਕਾਰੀ ਹੋਈ ਸ਼ਖਸੀਅਤ ਹੈ, ਸਾਡੇ ਡਿਪਟੀ ਸਾਹਿਬ ਸਰਦਾਰ ਕੁਲਜੀਤ ਸਿੰਘ ਜੀ ਵਿਸ਼ੇਸ਼ ਤੌਰ ਤੇ ਪੁੱਜੇ ਹੈ। ਸਰਦਾਰ ਵਿਰਸਾ ਸਿੰਘ ਜੀ ਜਾਲੀ ਤੇ ਨਾਲ ਸਾਡੇ ਸਰਦਾਰ ਗੁਰਮੇਜ ਸਿੰਘ ਜੀ ਨੰਬਰਦਾਰ ਸਾਹਿਬ, ਆਪਾਂ ਵੱਡਾ ਧੰਨਵਾਦ ਕਰਦੇ ਹਾਂ। ਪ੍ਰਭ ਯੂਕੇ ਦੇ ਨਾਂ ਤੇ ਇੱਕ ਵਾਰੀ ਤਾੜੀ ਮਾਰ ਦਿਓ, ਇਹ ਨੌਜਵਾਨ ਦੇ ਮਾਨ ਸਨਮਾਨ ਜਿਹੜੇ ਕਹਿੰਦੇ ਵੀ ਪ੍ਰਭ ਯੂਕੇ ਵੱਲੋਂ ਕੀਤੇ ਗਏ ਹੈ, ਆਪਾਂ ਵੱਡਾ ਧੰਨਵਾਦ ਕਰਦੇ ਹਾਂ। 5-5 ਹਜ਼ਾਰ ਰੁਪਈਏ ਦੇ ਨਾਲ ਮਾਨ ਸਨਮਾਨ ਜਿਹੜੇ ਕਹਿੰਦੇ ਹੈਂਡੀਕੈਪ ਨੌਜਵਾਨਾਂ ਦੇ ਕੀਤੇ ਗਏ ਹੈ, ਸਾਡੇ ਬਿੰਦਰ ਸਮਰਾ ਜੀ ਯੂਕੇ ਤੇ ਯੀਤਾ ਯੂਕੇ ਵੱਲੋਂ ਕਹਿੰਦੇ ਵੀ ਉਹਨਾਂ ਵੱਲੋਂ ਵੀ 5-5 ਹਜ਼ਾਰ ਰੁਪਈਏ ਦੇ ਮਾਨ ਸਨਮਾਨ ਕੀਤੇ ਗਏ ਹੈ।
ਸਾਡੇ ਸਰਦਾਰ ਗੁਰਮੇਜ ਸਿੰਘ ਜੀ ਨੰਬਰਦਾਰ ਸਾਹਿਬ ਉਹ ਵੀ ਕਹਿੰਦੇ ਵੀ ਨਾਲ ਜਿਹੜੇ ਮਾਨ ਸਨਮਾਨ ਕਰ ਰਹੇ ਹੈ ਸਾਡੇ ਸਰਦਾਰ ਪਰਮਿੰਦਰ ਸਿੰਘ ਜੀ ਸੰਘਾ ਦੁਬਈ ਸਰਦਾਰ ਮਿਲਖਾ ਸਿੰਘ ਜੀ ਦੁਬਈ ਸਰਦਾਰ ਕਮਲਜੀਤ ਸਿੰਘ ਜੀ ਦਿਓਲ ਸਰਦਾਰ ਜਰਮਨ ਸਿੰਘ ਜੀ ਤੇ ਨਾਲ ਸੋਢੀ ਸੈਦਪੁਰ ਜੀ ਸਾਡੇ ਸਰਦਾਰ ਸੱਤਾ ਸਿੰਘ ਜੀ ਸਾਡੇ ਜਸ ਲੋਕਾ ਜੀ ਸਾਡੇ ਸਰਦਾਰ ਨਿਸ਼ਾਨ ਸਿੰਘ ਜੀ ਆਪਾਂ ਵੱਡਾ ਧੰਨਵਾਦ ਕਰਦੇ ਹਾਂ ਸਾਡੇ ਸਰਦਾਰ ਮਨਜੀਤ ਸਿੰਘ ਜੀ ਗਿੱਲ ਸਰਪੰਚ ਸਾਹਿਬ ਮਾਲੂਵਾਲ ਤੋਂ ਵਿਸ਼ੇਸ਼ ਤੌਰ ਤੇ ਪੁੱਜੇ ਆ ਸਾਡੇ ਮਾਲੂਵਾਲ ਤੋਂ ਸਾਡੇ ਰਾਜਨ ਅਮਰੀਕਾ ਜੀ ਉਧਰਲੇ ਪਾਸੇ ਮਹਾਂਪੁਰਸ਼ਾਂ ਨੂੰ ਆਪਾਂ ਕੁਝ ਦੇ ਤਾਂ ਨਹੀਂ ਸਕਦੇ ਪਰ ਮਾਨ ਸਨਮਾਨ ਮਹਾਂਪੁਰਸ਼ਾਂ ਦਾ ਕਰ ਸਕਦੇ ਹਾਂ ਮਹਾਂਪੁਰਸ਼ ਬਾਬਾ ਗੁਰਪਿੰਦਰ ਸਿੰਘ ਜੀ ਤੇ ਨਾਲ ਸਾਡੇ ਮਹਾਂਪੁਰਸ਼ ਨੇ ਬਾਬਾ ਗੁਰਪਿੰਦਰ ਸਿੰਘ ਜੀ ਸਤਲਾਣੀ ਸਾਹਿਬ ਮਹਾਂਪੁਰਸ਼ ਬਾਬਾ ਨੌ ਨਿਹਾਲ ਸਿੰਘ ਜੀ ਕਿ ਸਾਧੂ ਸੰਤ ਫਕੀਰ ਖੁਦਾ ਦੇ ਕਹਿ ਗਏ ਮਰਦ ਸਿਆਣੇ ਇੱਕ ਵਾਰੀ ਜਿਹੜੇ ਬੋਲ ਮੂੰਹ ਚੋਂ ਨਿਕਲ ਗਏ ਉਹ ਬਿਰਥੇ ਨਹੀਂ ਜਾਣੇ ਕਿ ਇੱਕ ਵਾਰੀ ਜਿਹੜੇ ਬੋਲ ਮੂੰਹ ਚੋਂ ਨਿਕਲ ਗਏ ਉਹ ਬਿਰਥੇ ਨਹੀਂ ਜਾਣੇ ਆਪਾਂ ਵੱਡਾ ਧੰਨਵਾਦ ਮਹਾਂਪੁਰਸ਼ਾਂ ਦਾ ਕਰਦੇ ਹਾਂ ਉਧਰਲੇ ਪਾਸੇ ਸੈੱਟ ਜਿਹੜੇ ਲੱਗਣੇ ਆ ਤੇ ਚਾਰ ਗੱਡੱਪੇ ਕਹਿੰਦੇ ਧਿਆਨ ਦੇ ਕੇ ਸੁਣਨਾ ਜੀ ਕਹਿੰਦੇ ਚਿੱਟਾ ਟੀਕੇ ਲਾਉਣ ਵਾਲਾ ਬਹੁਤਾ ਚਿਰ ਨਹੀਂ ਉਹ ਕੱਢਦਾ ਕਿ ਚਿੱਟਾ ਟੀਕੇ ਲਾਉਣ ਵਾਲਾ ਨਿੱਤ ਕਾਢ ਨਵੀਂ ਕੱਢਦਾ ਕਈ ਪੀਂਦੇ ਆ ਸ਼ਰਾਬ ਨੂੰ ਸੁੱਖਿਆ ਸਮਝ ਦਵਾਈ ਅੱਜ ਰੋਂਦੇ ਆ ਕੰਧਾਂ ਨੂੰ ਮਾਰ ਮਾਰ ਟੱਕਰਾਂ ਜਿਨ੍ਹਾਂ ਦੇ ਪੁੱਤ ਨਸ਼ਿਆਂ 'ਚ ਕਰ ਗਏ ਚੜਾਈ ਅੱਜ ਰੋਂਦੇ ਆ ਕੰਧਾਂ ਨੂੰ ਮਾਰ ਮਾਰ ਟੱਕਰਾਂ ਕਹਿੰਦੇ ਹੀਰੋਇਨ ਚਿੱਟਾ ਗੋਲੀਆਂ ਵੇਖੀ ਸ਼ਰੇਆਮ ਵਿਕਦੀ ਸਮੈਕ ਦੁਕਾਨਾਂ ਦੀ ਨਹੀਂ ਲੋੜ ਗੱਡੀ ਸੜਕ ਤੇ ਲਾ ਕੇ ਚਿੱਟਾ ਵਿਕਦਾ ਬਲੈਕ ਨਾ ਬਾਰਡਰਾਂ ਦਾ ਲੱਗੇ ਜਾਂਦੇ ਬੈਠੇ ਘਰਾਂ 'ਚ ਬਣਾਈ ਅੱਜ ਰੋਂਦੇ ਆ ਕੰਧਾਂ ਨੂੰ ਮਾਰ ਮਾਰ ਟੱਕਰਾਂ ਜਿਨ੍ਹਾਂ ਦੇ ਪੁੱਤ ਨਸ਼ਿਆਂ 'ਚ ਕਰਕੇ ਚੜਾਈ ਜਦੋਂ ਟੁੱਟਦੀ ਆ ਜਾਨ ਪੈਸਾ ਕੋਲ ਨਹੀਂ ਉਹ ਹੁੰਦਾ ਫਿਰ ਚੋਰੀਆਂ ਕਰਦੇ ਆ ਮਾਪਿਆਂ ਦੀ ਇੱਜ਼ਤ ਤੋਂ ਮਿੱਟੀ ਵਿੱਚ ਮਿਲਦੀ ਹੈ ਜਦੋਂ ਆਂਢੀ ਗਵਾਂਢੀ ਤਾਨੇ ਮਿਣੇ ਕੱਸਦੇ ਆ ਸੱਚ ਸਾਰੇ ਜਾਣਦੇ ਆ ਸੁੱਖਿਆ ਤੋਂ ਗੱਲ ਲਹਿਦੀ ਨਾ ਸੁਣਾਈ ਅੱਜ ਰੋਂਦੇ ਆ ਕੰਧਾਂ ਨੂੰ ਮਾਰ ਮਾਰ ਟੱਕਰਾਂ ਜਿਨ੍ਹਾਂ ਦੇ ਪੁੱਤ ਨਸ਼ਿਆਂ 'ਚ ਕਰਕੇ ਚੜਾਈ।